ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮੇਸ਼ਾ ਟੀਵੀ ਮੈਂ ਗੁਰਪ੍ਰੀਤ ਸੰਧਵਾਲੀਆ ਤੇ ਹਰ ਰੋਜ਼ ਦਾ ਰਾਮ ਪ੍ਰੋਗਰਾਮ ਉਹੀ ਪ੍ਰਾਈਮ ਫੋਕਸ ਖਬਰਾਂ ਜਿਹੜੀਆਂ ਕਿ ਤੁਹਾਡੇ ਲਈ ਜਾਨੀਆਂ ਜ਼ਰੂਰੀ ਹੁੰਦੀਆਂ ਉਹਦੇ ਤੇ ਅਸੀਂ ਆਪਣੀਆਂ ਠੇਚਾਂ ਵੱਡ ਲਈਆਂ ਉਹ ਲੋਕ ਕਹਿੰਦੇ ਵੀ ਖਬਰਾਂ ਸੁਣਾ ਜਾਂਦੇ ਸੀ ਤੇ ਕਦੀ ਸੁਨਾਈਆਂ ਨਹੀਂ ਕਿਉਂ WhatsApp ਬਿਲਕੁਲ ਜੀ ਚੜਦੀ ਕਲਾ ਸਾਸਿਕਾਲ ਇਦਾਂ ਹੀ ਆ ਤੇ ਰੱਖਣਾ ਵੀ ਇਦਾਂ ਹੀ ਆ ਸਾਸਰੀ ਕਾਲ ਤੇ ਹੈ ਹੀ ਸੈਟ ਡਾਊਨ ਸੈਟ ਡਾਊਨ ਕਰਾਈ ਪਈ ਨਹੀਂ ਅੱਜ ਬਹੁਤੀ ਨਹੀਂ ਹੈ ਕਿਉਂਕਿ ਅੱਜ RAMDEV ਹੋਰੀ ਕਹਿੰਦੇ ਹੁਣ ਟੀਕਾ ਮੈਂ ਵੀ ਲਵਾ ਲੈਣਾ ਬਹੁਤ ਜ਼ਰੂਰੀ ਦੇਖੋ ਮੈਂ ਜਿਸ ਦਿਨ ਕਿਹਾ ਸੀ ਉਸ ਦਿਨ ਤੁਸੀਂ ਮੇਰੀ ਬਹੁਤ ਬਿਜਤੀ ਕੀਤੀ ਉਸੀ ਕਿਆ ਤੁਹਾਡੇ ਅੰਦਰ ਜੇ ਤੁਹਾਨੂੰ ਉਹ ਬਿਜਤੀ ਲੱਗੀ ਆ ਤਾਂ ਅਸੀਂ ਅੱਜ ਵੀ ਕਰਾਂਗੇ ਨਹੀਂ ਤੁਸੀਂ ਕਰੋ ਬਿਜਤੀ ਲੱਗਦੀ ਹੈ ਨਾ ਬਿਜਤੀ ਮਹਿਸੂਸ ਨਹੀਂ ਕਰਦੇ ਦੇਖੋ ਗੱਲ ਆ ਵੀ ਤੁਸੀਂ ਕਹਾਂ ਵੀ ਤੁਸੀਂ ਲੀਡਰਾਂ ਵਾਲੀਆਂ ਗੱਲਾਂ ਕਰਦੇ ਏ ਇਹ ਕਰਦੇ ਏ ਉਹ ਕਰਦੇ ਮੈਂ ਤੁਹਾਨੂੰ ਉਦੋਂ ਵੀ ਕਹਿਆ ਵੀ ਮੈਂ ਬੀਪੀ ਨਾ ਵਦਾਓ ਇਹ ਮਾੜੇ ਬੰਦੇ ਨੇ ਹੁੰਦਾ ਵੀ ਚੱਕੇ ਅੰਦਰ ਦੇ ਓਏ ਇਹਦਾ ਮਾਰ ਪਟਾ ਕਰਕੇ ਚਾਰ ਪਟੇ ਨੂੰ ਬੰਦੇ ਦਾ ਪੁੱਤ ਬਣਾਈਏ ਜਿਹੜੇ ਵੱਡੇ ਬੰਦੇ ਹੁੰਦੇ ਨੇ ਉਹਨਾਂ ਦਾ ਸਿਰਫ ਇਹੀ ਹੁੰਦਾ ਵੀ ਜਾਂ ਤੇ ਮੈਂ ਬਿਆਨ ਵਾਪਸ ਲੈ ਲੀਨਾ ਜੇ ਨਹੀਂ ਬਿਆਨ ਵਾਪਸ ਜਾ ਰਿਹਾ ਤੇ ਫਿਰ ਦੋ ਕੁ ਦਿਨ ਰੋਕੇ ਕੋ ਐਸਾ ਬਿਆਨ ਦੇ ਦੇਣਾ ਜੇ ਤੂੰ ਏਦਾਂ ਆਪਣਾ ਵੀ ਫੀਲਿੰਗ ਆ ਜੀ ਵੀ ਭਾਈ ਸਾਹਿਬ ਰਾਈ ਨਮਾ ਹੋ ਗਿਆ ਹੁਣ ਜਿਹੜੀ ਗੱਲ ਉਹਨੇ ਕਹੀ ਕਿ ਵੀ ਐਮਰਜੈਂਸੀ ਲਈ ਬਹੁਤ ਵਧੀਆ ਐਲੋਪੈਥੀ ਤੇ ਟੀਕਾ ਮੈਂ ਵੀ ਲਵਾ ਲੈਣਾ ਹੁਣ ਬੰਦਾ ਪੁੱਛੇ ਵੀ ਬਾਬਾ ਜੀ ਆਯੁਰਵੇਦ ਦੇ ਵਿੱਚ ਤੇ ਟੀਕਾ ਕਦੀ ਬਣਿਆ ਨਹੀਂ ਹੁਣ ਇਹ ਐਲੋਪੈਥੀ ਵਾਲਾ ਟੀਕਾ ਅਚਾਨਕ ਤੋਂ ਕਿਉਂ ਖਿਆਲ ਆ ਗਿਆ ਦੇਖੋ ਸੰਧਾਲੀਆ ਸਾਹਿਬ ਮੈਂ ਦੇਖਦਾ ਕਿ ਉਹ ਬੰਦਾ ਬੰਦਾ ਕਰਨੀ ਦਾ ਕਰਨੀ ਦਾ ਗਲਤ ਸ਼ਬਦ ਨਹੀਂ ਵਰਤਦਾ ਬਾਬਾ ਜੀ ਕਹੋ ਉਹ ਬਾਬਾ ਜੀ ਬੰਦਾ ਕੈਨੇਡਾ ਕਰਨੀ ਦਾ ਤਾਂ ਢਿੱਡ ਕਮਾਉਣੀ ਦਾ ਇੱਕ ਆ ਤੁਸੀਂ ਇਹ ਦੇਖੋ ਕਿ ਜਿੰਨੀ ਤੇਜ਼ ਉਹ ਢਿੱਡ ਕਮਾਉਂਦਾ ਉੰਨੀ ਦੀਰ ਚ ਉਹ ਘੁੰਮ ਜਾਂਦਾ ਐਨ ਉਸੇ ਗਤੀ ਦੇ ਨਾਲ ਪਹਿਲਾਂ ਕਹਿੰਦਾ ਸੀ ਭਾਈ ਮੈਂ ਦਿੱਲੀ ਦੇ ਵਿੱਚ ਬੈਠਾ ਜਦੋਂ ਅਨਾ ਹਜ਼ਾਰੇ ਦੇ ਬਰਾਬਰ ਬਹਿ ਗਿਆ ਸੀ ਮੈਂ ਨਹੀਂ ਚਾਹਦਾ ਮੈਂ ਫਲਾਨੀ ਚੀਜ਼ ਐ ਕਰਾ ਕੇ ਜਾऊं ਮੈਂ ਕਾਲਾ ਧੰਨ ਖਿੱਚ ਕੇ ਲੈ ਕੇ ਆऊं ਮੁੜ ਕੇ ਪਤਾ ਹੀ ਨਾ ਲੱਗਾ ਕਦੋਂ ਕਿਹੜੇ ਵੇਲੇ ਕੱਪੜੇ ਬਦਲ ਕੇ ਛਾਲ ਮਾਰ ਕੇ ਭੱਜ ਵੀ ਗਿਆ ਫਿਰ ਉਹਨੇ ਇੱਕ ਵਾਰੀ ਕਿਹਾ ਸੀ ਕਿ ਮੈਂ ਮੈਂ ਤਾਂ ਹਥਿਆਰਬੰਦ ਟ੍ਰੇਨਿੰਗ ਦਊ ਫੌਜ ਆਪਣੀ ਬਣਾ ਲਊ ਇਹਦਾ ਨਹੀਂ ਸਰਦਾ ਜਦੋਂ ਪਤਾ ਲੱਗਾ ਕਿ ਭਾਈ ਪਰਚਾ ਪਰਚਾ ਹੋ ਜੂ ਚੋਪੀ ਕਰ ਗਿਆ ਇਹਦੇ ਤੋਂ ਬਾਅਦ ਵੀ ਉਹਨੇ ਇੱਕ ਤੋਂ ਬਾਅਦ ਇੱਕ ਕਈ ਬਿਆਨ ਦਿੱਤੇ ਆ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਪੁੱਛਿਆ ਗਿਆ ਸੀ ਜੀ ਕਾਲਾ ਤੰਤਾ ਆਇਆ ਨਹੀਂ ਉਹ ਕਹਿੰਦੇ ਉਹ ਤਾਂ ਫੇ ਪ੍ਰਧਾਨ ਮੰਤਰੀ ਸਾਹਿਬ ਹੁਣ ਦੇਖਣ ਮੈਂ ਕੀ ਕਰ ਸਕਦਾ ਉਦੋਂ ਕਹਿੰਦਾ ਸੀ ਕਿ ਭਾਈ ਕਰਦਾ ਕਿੱਦਾਂ ਨਹੀਂ ਅਸੀਂ ਦੇਸ਼ ਦੇ ਵਿੱਚ ਅੰਦੋਲਨ ਖੜਾ ਕਰਨਾ ਹੁਣ ਸੰਧਾਲੀਆ ਸਾਹਿਬ ਜਦੋਂ ਕਹਿੰਦਾ ਸੀ ਕਿ ਪੱਲੇ ਹੀ ਕੱਖ ਨਹੀਂ ਇਹਨਾਂ ਨੇ ਤਾਂ ਬੰਦੇ ਮਾਰ ਦਿੱਤੇ ਐਲੋਪੈਥੀ ਵਾਲਿਆਂ ਨੇ ਫਲਾਣਾ ਕਰ ਦਿੱਤਾ ਡਾਕਟਰ ਕਾਦੇ ਆ ਇਹਨਾਂ ਤੇ ਐ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇੱਕ ਤੋਂ ਬਾਅਦ ਇੱਕ ਪਰਚੇ ਹੋਣ ਲੱਗ ਪਏ ਜੇ 5-7 ਦਿਨ ਹੋਰ ਰੁਕ ਜਾਂਦਾ ਤੇ ਦੇਸ਼ ਦੇ ਵਿੱਚ ਓਨੀਆਂ ਇਹਦੀਆਂ ਬਰਾਂਚਾਂ ਨਹੀਂ ਸੀ ਹੋਣੀਆਂ ਜਿੰਨੇ ਥਾਣਿਆਂ 'ਚ ਇਹ ਤੇ ਪਰਚੀ ਹੋ ਜਾਣੀ ਸੀ ਹਰ ਜਗ੍ਹਾ ਦੇ ਉੱਤੇ ਨੂੰ ਵੱਖਰਾ ਵਕੀਲ ਕਰਨਾ ਪੈਣਾ ਸੀ ਉਪਰੋਂ ਮਾਨਹਾਨੀ ਦਾ ਨੋਟਿਸ ਇਹਨੂੰ ਪਹਿਲੇ ਹੀ ਪਹੁੰਚ ਗਿਆ ਸੀ ਕਿ ਭਾਈ ਮਾਫੀ ਮੰਗ ਲਾ ਕੱਲੀ-ਕੱਲੀ ਚੀਜ਼ ਜਿੰਨੀਆਂ ਗੱਲਾਂ ਕਹੀਆਂ ਓਨੀਆਂ ਮਦਾਂ ਲਿਖ ਕੇ ਤੇ ਅੱਗੋਂ ਬੋਲ ਕੇ ਮਾਫੀ ਮੰਗ ਕੇ ਮੈਂ ਆਹ ਕਿਹਾ ਸੀ ਪਰ ਮੇ ਤੁ ਗਲਤ ਕਹਿ ਹੋ ਗਿਆ ਆਹ ਕਿਹਾ ਸੀ ਮੇਰੇ ਕੋਲ ਗਲਤ ਕਹਿ ਹੋ ਗਿਆ ਉਹਦੇ ਤੋਂ ਬਾਅਦ ਪਤਾ ਕੀ ਕਹਿੰਦਾ ਸੀ ਮੈਂ ਖੁਲਾਸੇ ਕਰੂੰਗਾ ਕੱਲੇ-ਕੱਲੇ ਦੇ ਖਲਾਸੇ ਕਰੂੰਗਾ ਕਿ ਐਲੋਪੈਥੀ ਵਾਲੇ ਲੁੱਟਦੇ ਕਿੱਦਾਂ ਇਹਨਾਂ ਨੇ ਲੋਕਾਂ ਨੂੰ ਮਾਰਿਆ ਕਿੱਦਾਂ ਦੇ ਠਾ ਤੇ ਠਾ ਕਰੀ ਜਾਂਦਾ ਸੀ ਪਰ ਹੁਣ ਅਚਾਨਕ ਲੋਕ ਇਕੱਠੇ ਹੋ ਗਏ ਕਿ ਦੇਖਦੇ ਆਂ ਜੀ RAMDEV ਉਹ ਰੀ ਢਿੱਡ ਕਿੱਦਾਂ ਘਮਾਉਂਦੇ ਆ ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਆਪ ਵੀ ਬੰਦਾ ਘੁੰਮ ਗਿਆ ਉਹ ਕਹਿੰਦਾ ਜੀ ਜੇ ਆਪਰੇਸ਼ਨ ਦੀ ਲੋੜ ਹੋਵੇ ਤਾਂ ਐਲੋਪੈਥੀ ਨਾਲ ਦੀ ਚੀਜ਼ ਜਿਹੜੀ ਗੱਲ ਹੀ ਕੋਈ ਨਹੀਂ ਇਹੀ ਕਰ ਸਕਦੇ ਐ ਐਮਰਜੈਂਸੀ ਆ ਜਾਵੇ ਤਾਂ ਐਲੋਪੈਥੀ ਦੇ ਕੋਲ ਤੁਰੰਤ ਜਾਣਾ ਚਾਹੀਦਾ ਚੰਗੇ ਬਹੁਤ ਨੇ ਡਾਕਟਰ ਐਨ ਦੇਵਤੇ ਆ ਰਗੇ ਨੇ ਕਈ ਡਾਕਟਰ ਜਿਹੜੇ ਵਧੀਆ ਕੰਮ ਕਰਦੇ ਆ ਇਸ ਕਰਕੇ ਆਪਾਂ ਨਹੀਂ ਕਹਿੰਦੇ ਕਿਸੇ ਦੇ ਖਿਲਾਫ ਆਪਾਂ ਤਾਂ ਕਹਿੰਨੇ ਆ ਕਿ ਵਧੀਆ ਕੰਮ ਕਰੋ ਕੋਈ ਪੈਥੀ ਹੋਵੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਕੋਈ ਸਾਡਾ ਦੁਸ਼ਮਣ ਨਹੀਂ ਪਰ ਇੰਨੀ ਗੱਲ ਕਹਿੰਦੇ ਹੈਗੇ ਆ ਜਿਹੜੇ ਡਾਕਟਰ ਲੁੱਟਦੇ ਆ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਤੁਸੀਂ ਬਹੁਤ ਵਧਾ ਕੇ ਲਾਉਂਦੇ ਹੋ ਉਹਦੇ ਆਪਾਂ ਖਿਲਾਫ ਹੈਗੇ ਆ ਹਾਂ ਮੋਢਾ ਨੰਗੇ ਹੁੰਦਾ ਟੀਕਾ ਪਲਵਾ ਲੈਣਾ ਦੇ ਕੋ ਗੱਲਿਆ WhatsApp ਤੇ ਹੁਣ ਸਾਰਾ ਕੁਝ ਤੇ ਨੀਨਾ ਮਤਲਬ ਹੱਕ ਵਿੱਚ ਬੋਲ ਜਾਂਦਾ ਕੁਛ ਤਾਂ ਕੁਛ ਤਾਂ ਸ਼ਰਮ ਰੱਖਣੀ ਪੈਣੀ ਸੀ ਨਾ ਇਸ ਕਰ ਜਿਹੜੀਆਂ ਚਾਰਕ ਲਾਈਨਾਂ ਬਾਅਦ ਬੋਲੀਆਂ ਮਹਿੰਗਾ ਇਲਾਜ ਹੈ ਡਾਕਟਰ ਅੱچھے ਨਹੀਂ ਹੁੰਦੇ ਸਾਰੇ ਥੋੜਾ ਅੱچھے ਹੁੰਦੇ ਆ ਕੁਝ ਖਰਾਬ ਵੀ ਹੁੰਦੇ ਇਹਦੇ ਨਾਲ ਉਹ ਟੱਕ ਜਾ ਟੱਕਿਆ ਗਿਆ ਹੁਣ ਜੇ ਬੰਦਾ ਵਿਚਾਰਾ ਬਿਲਕੁਲ ਹੀ ਯੂ ਟਰਨ ਮਾਰ ਲਿੰਦਾ ਤੁਸੀਂ ਫੇਰ ਉਹ ਸਲਵਾਰ ਵਾਲੀ ਇਨਸੀਡੈਂਟ ਯਾਦ ਕਰ ਲੈਣਾ ਫਿਰ ਯਾਰ ਬਾਬਾ ਜਦੋਂ ਪਲਾਕੀ ਮਾਰਦਾ ਇੱਦਾਂ ਹੀ ਮਾਰ ਲਿੰਦਾ ਪਰ ਇੱਕ ਗੱਲ ਹੈਗੀ ਆ ਬਾਬਾ ਹੈ ਬੰਦਾ ਵਪਾਰੀ ਹੂੰ ਹੂੰ ਮੈਂ ਜਦੋਂ ਪਿਛਲੇ ਥੋੜੇ ਦਿਨ ਪਹਿਲਾਂ ਕਿਹਾ ਸੀ ਜਦੋਂ ਤੇਰੇ 1000 ਕਰੋੜ ਦਾ ਕੇਸ ਹੋਣਾ ਕੀਤਾ ਨਵੇਂ ਹਰਜਾਨੇ ਦਾ ਕਰਾਂਗੇ ਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਮੇਰੇ ਭਾਈ ਸਾਹਿਬ 22 25000 ਕਰੋੜ ਦੀ ਟਰਨਓਵਰ ਆ ਸਾਲ ਦੀ ਵਿੱਚੋਂ 1000 ਕਰੋੜ ਲਾਦਾ ਬਾਅਦ ਮਸ਼ੂਰੀ ਕਰਨ ਦੀ ਲੋੜ ਨਹੀਂ ਇੰਨੇ ਜੀ ਬੱਲੇ ਬੱਲੇ ਹੋਣੀ ਲੈ ਡਾਕਟਰਾਂ ਨਾਲ ਕੇਸ ਚੱਲਦਾ ਬਾਬੇ ਦਾ ਆਡਾ ਲਿਆ ਆਡਾ ਲਿਆ ਕਹਿੰਦਾ ਇੱਧਰ ਕੋਈ ਫੇਲ ਕਰਕੇ ਦੱਸੋ ਮੇਰੀ ਦਵਾਈ ਨੂੰ ਪਤਾ ਨਹੀਂ ਜਾਂ ਉਹਦੇ ਤੱਕ ਕਿਸੇ ਨੇ ਗੱਲ ਉਹ ਪਹਚਾਈ ਨਹੀਂ ਜਾਂ ਫਿਰ ਅਗਲਾ 1000 ਕਰੋੜ ਬਚਾਉਣ ਦੇ ਚੱਕਰ ਚ ਪੈ ਗਿਆ ਵੀ ਨਾ ਵੀਰ ਜੀ ਆਸਾ ਨੇ ਤਾਂ ਹਾਂ ਹੋਂ ਕਰ ਨਾ ਸਿੱਖਿਆ ਹੀ ਨਹੀਂ ਹੈ ਕੀ ਕਰਦੇ ਹੋ ਹੋਂ ਕਰਕੇ ਲੈਣਾ ਹੈ ਹੋਂ ਕਰਕੇ ਲੈਨੇ ਹਜ਼ਾਰ ਕਰੋੜੋਂ ਕਹਿੰਦੇ ਅਸੀਂ ਬਚਾਲਿਆ ਜਾਂਦਾ ਜਾਂਦਾ ਹੈ ਖਿੱਚ ਕੇ ਲੈ ਆਏ ਆ ਸੰਧਾਲੀਆ ਸਭ ਐਸੀ ਗੱਲ ਹੈਗੀ ਆ ਲੋਕ ਨੂੰ ਸੋਚਦੇ ਤਾਂ ਹੋਣਗੇ ਪੈਰੋਕਾਰ ਸੋਚਦੇ ਤਾਂ ਹੋਣਗੇ ਚੀਜ਼ਾਂ ਵਰਤਣ ਵਾਲੇ ਸੋਚਦੇ ਤਾਂ ਹੋਣਗੇ ਕਿ ਭਾਈ ਜਿਹੜਾ ਬੰਦਾ ਇੰਨੀ ਛੇਤੀ ਬਦਲ ਜਾਂਦਾ ਕੱਲ ਤੱਕ ਕਹਿੰਦਾ ਸੀ ਕਿ ਭਾਈ ਇਹ ਸਭ ਤੋਂ ਵੱਧ ਖਤਰਨਾਕ ਹੈ ਇਹਨਾਂ ਦੇ ਪੱਲੇ ਕੱਖ ਨਹੀਂ ਲੋਕ ਮਾਰਦੇ ਆ ਤੇ ਅੱਜ ਕਹਿੰਦਾ ਕਿ ਭਾਈ ਉਹ ਦੇਵਤੇ ਆ ਰਗੇ ਆ ਕਿਤੇ ਨਾ ਕਿਤੇ ਤਾਂ ਫਿਰ ਮਾੜਾ ਮੋਟਾ ਕਈਆਂ ਦੇ ਮਨ ਦੇ ਵਿੱਚ ਤਾਂ ਆ ਹੀ ਜਾਊਗਾ ਨਾ हां ਕਈਆਂ ਨੇ ਕਹੀ ਜਾਣਾ ਤੰਗ ਬਹੁ ਕਰਦੇ ਆਂ ਬਾਬਾ ਜੀ ਨੂੰ ਬਾਬਾ ਜੀ ਨੇ ਕੰਮ ਕਰਨਾ ਕਿ ਬਾਬਾ ਜੀ ਨੇ ਤਰੀਕਾ ਭੁਗਤਣੀਆਂ ਕਿਉਂਕਿ ਇੱਥੇ ਤਾਂ ਸਿਆਸੀ ਲੀਡਰ ਵੀ ਤੇ ਪਰਚੀਆਂ-ਪੁਰਚੀਆਂ ਡਰਦੇ ਹੁੰਦੇ ਆ ਨਹੀਂ ਨਹੀਂ ਉਹ ਗੱਲ ਹੈਗੀ ਪਰ ਚਲੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਪਿਛਲੇ ਦਿਨਾਂ ਦਾ ਵਾਵਾ ਤੁਸੀਂ ਰੌਲਾ ਰੱਪਾ ਸੁਣਿਆ ਦੇਖਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਜਿਹੜੇ ਬੰਦੇ ਬਾਬੇ RAM ਦੇਵ ਦੇ ਫੈਨ ਸੀ ਉਹ ਸਾਡੇ ਨਾਲ ਲੜੀ ਜਾਂਦੇ ਇਦਾਂ ਥੋੜਾ ਬਾਬਾ ਜੀ ਬਹੁਤ ਕਰਨੀ ਵਾਲੇ ਆ ਹੁਣ ਪਤਾ ਨਹੀਂ ਬਾਬਾ ਜੀ ਕਰਨੀ ਵਾਲੇ ਤੇ ਉਸ ਤੋਂ ਬਾਅਦ ਫਿਰ ਆ ਕੀ ਕਰ ਦਿੱਤਾ ਉਹਨਾਂ ਨੇ ਪਰ ਕੁੱਲ ਮਿਲਾ ਉਈ ਅਲੀ ਮੈਂ ਤੁਹਾਡਾ ਆਰਟੀਕਲ ਵਾਲੀ ਨਾ ਤੁਸੀਂ ਮੇਰੇ ਵਾਲਾ ਮੰਝਣ ਕਰ ਲਿਆ ਕਰੋ ਆਪਾਂ ਤੋਂ ਵੀ 20-20 ਲੋਕਾਂ ਦਾ ਟਟੇ ਕੋਚ ਸੰਧਾਲੀਆ ਸਭ ਇੱਕ ਇੱਥੇ ਗੱਲ ਮੈਂ ਹੋਰ ਜ਼ਰੂਰ ਕਰਨੀ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਹੜੇ ਮਹਿੰਗੀਆਂ ਦਵਾਈਆਂ ਵੇਚਦੇ ਆ ਛਿਲਬੋਲ ਲਾਉਂਦੇ ਆ ਕਈ ਜਗ੍ਹਾ ਦੇ ਉੱਤੇ ਡਾਕਟਰ ਵੀ ਘਟ ਨਹੀਂ ਕਰਦੇ ਆ ਆਪਾਂ ਸਾਰਿਆਂ ਨੂੰ ਇੱਕੋ ਥਾਂ ਤੇ ਚੰਗੇ ਨਹੀਂ ਕਹਿ ਸਕਦੇ ਪਰ ਹੁਣ ਜਿਹੜੀ ਇੱਕ ਦਵਾਈ ਦੀ ਜਿਹੜੀ ਹੋ ਰਹੀ ਹੈ ਨਿਰਧਾਰਨ ਹੋ ਰਿਹਾ ਕਿ ਬੱਚਿਆਂ ਦੇ ਉੱਤੇ ਅਸੀਂ ਪਹਿਲਾਂ ਇਹਦਾ ਸਾਰੇ ਦਾ ਸਾਰਾ ਐਕਸਪੈਰੀਮੈਂਟ ਕਰਨਾ 14 ਸਾਲ ਤੋਂ ਉੱਪਰ ਦੇ ਬੱਚਿਆਂ ਦੇ ਹਮਮ ਤਾਂ ਜਿਹੜੇ ایمਜ਼ ਦੇ ਵਿੱਚ 27 ਬੱਚੇ ਆ ਉਹਦੇ ਵਿੱਚੋਂ ਤਕਰੀਬਨ ਅੱਧੇ ਬੱਚੇ ਡਾਕਟਰਾਂ ਦੇ ਆ ਇੱਕ ਡਾਕਟਰ ਬੀਬੀ ایمਜ਼ ਦੇ ਵਿੱਚ ਜਦੋਂ ਪਹਿਲਾਂ ਭਾਰਤ ਦੇ ਵਿੱਚ ਬਣੀ ਦਵਾਈ ਦਾ ਜਿਹੜਾ ਐਕਸਪੈਰੀਮੈਂਟ ਹੋਇਆ ਸੀ ਤਾਂ ਉਹ ਬੀਬੀ ਡਾਕਟਰ ਬੀਬੀ ਨੇ ਆਪਣੇ ਤੇ ਐਕਸਪੈਰੀਮੈਂਟ ਕਰਾਇਆ ਕਿ ਭਾਈ ਮੇਰੇ ਵੀ ਲਾਓ ਹੁਣ ਉਹਦੇ ਦੋ ਬੱਚੇ ਨੇ ਦੋਨੋਂ ਹੀ ਉਹਨੇ ਪੇਸ਼ ਕੀਤਾ ਕਿ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਦੇ ਨਿਆਣਿਆਂ ਨੂੰ ਤਾਂ ਲੱਗਣਾ ਆ ਟੀਕਾ ਆ ਮੇਰੇ ਬੱਚੇ ਨੇ ਇਹਨਾਂ ਤੇ ਲਾਓ ਯਾਨੀ ਤਕਰੀਬਨ ਅੱਧੇ ਬੱਚੇ ਜਿਨ੍ਹਾਂ ਦੇ ਉੱਤੇ ਐਕਸਪੈਰੀਮੈਂਟ ਹੋ ਰਿਹਾ ਕਿ ਭਾਈ ਇਹ ਦਵਾਈ ਬਣੀ ਹੈ ਕੀ ਬੱਚਿਆਂ ਦੇ ਉੱਤੇ ਇਹਦਾ ਅਸਰ ਠੀਕ ਪਊਗਾ ਨੁਕਸਾਨ ਵੀ ਹੋ ਸਕਦਾ ਹੂੰ ਤੇ ਜੇ ਅੱਧੇ ਦੇ ਕਰੀਬ ਡਾਕਟਰ ਆਪਣੇ ਬੱਚਿਆਂ ਨੂੰ ਪੇਸ਼ ਕਰਦੇ ਆ ਕਿ ਭਾਈ ਠੀਕ ਹੈ ਤਾਂ ਇਹਦਾ ਮਤਲਬ ਹੈ ਕਿ ਭਾਈ ਅਸੀਂ ਜੇ ਉਹਨਾਂ ਦੀ ਦੇਣ ਨੂੰ ਜ਼ੀਰੋ ਕਰਕੇ ਦੇਖਾਂਗੇ ਜੇ ਇਹ ਕਹਾਂਗੇ ਕਿ ਭਾਈ ਨਾ ਇਹ ਤਾਂ ਬੰਦੇ ਮਾਰਨ ਵਾਲੇ ਆ ਇਹ ਤਾਂ ਫਲਾਨੇ ਵਾਲੇ ਆ ਮਾੜੀ ਮੋਟੀ ਸ਼ਰਮ ਜਿਹੜੀ ਹੈ ਉਹ ਭਾਵੇਂ रामदेव ਆ ਭਾਵੇਂ ਕੋ ਹੋਰਾਂ ਨੂੰ ਕਰ ਲੈਣੀ ਚਾਹੀਦੀ ਆ ਕੁਝ ਵੀ ਬੋਲਣ ਤੋਂ ਪਹਿਲਾਂ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਆ ਬਾਕੀ ਚਲੋ ਇਹ ਇਹ ਥੋੜਾ ਜਿਹਾ ਹੋ ਸਕਦਾ ਏਸੀ ਘਟਨਾ ਦਾ ਹੀ ਪਤਾ ਲੱਗਿਆ ਹੋਵੇ ਪੀ ਆਰ ਅਗਲੇ ਨੇ ਤੇ ਆਪਣੇ ਨਿਆਣੇ ਵੀ ਪੇਸ਼ ਕਰਤੇ ਪੀਣਾ ਤੇ ਟ੍ਰਾਇਲ ਕਰ ਲੋ ਬਾਬਿਆਂ ਦੇ ਤੇ ਐ ਵੀ ਨਹੀਂ ਗਏ ਨਾ ਹੁਣ ਉਹ ਪੇਸ਼ ਵੀ ਕੀ ਕਰਨ ਇਹ ਵੈਸੇ ਵਧੀਆ ਕੰਮ ਚੱਲਿਆ ਨਾ ਤੁਸੀਂ ਦੇਖੋ ਮੈਂ ਬਾਹ ਬਾਜੀ ਸ਼ਕਤੀ ਤਾਂ ਇਸ ਤੋਂ ਪਹਿਲੀਆਂ ਵੀ ਹੋਣ ਵਾਲੀਆਂ ਵੀ ਤਾਂ ਨੂੰ ਜਾਣ ਵਾਲੇ ਜਿੰਨੇ ਬੰਦੇ ਨੇ ਹੋ ਜੇ ਉਹ ਐਸ ਕੰਮ ਨਹੀਂ ਪੈਂਦੇ ਗ੍ਰਿਸ਼ਤੀ ਗ੍ਰਿਸ਼ਤੀ ਨਹੀਂ ਨਹੀਂ ਮਹਾਰਾਜ ਤੁਸੀਂ ਦੇਖੋ ਜਿਨ੍ਹਾਂ ਐਮਪੀਜ਼ ਦੇ ਉੱਤੇ ਐਮਐਲਐਸ ਦੇ ਉੱਤੇ ਤੁਸੀਂ ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਜਿਉਂ ਪਾਰਲੀਮੈਂਟ ਤੇ ਜਾ ਕੇ ਵਿਧਾਨ ਸਭਾ ਜਾ ਕੇ ਬੋਲਦੇ ਨਹੀਂ ਡਿਬੇਟ ਚ ਹਿੱਸਾ ਨਹੀਂ ਲੈਂਦੇ ਆਪਣੇ ਹਿੱਸੇ ਦੀ ਗ੍ਰਾਂਟ ਨਹੀਂ ਖਰਚਦੇ ਉੱਥੇ ਜਾ ਕੇ ਪਾਰਲੀਮੈਂਟ ਚ ਵਿਧਾਨ ਸਭਾ ਚ ਸੁੱਤੇ ਰਹਿੰਦੇ ਆ ਜਾ ਕੇ ਮੰਦੀਆਂ ਚੰਗੀਆਂ ਫਿਲਮਾਂ ਦੇਖਦੇ ਆ ਉਹਨਾਂ ਨੇ ਹੁਣ ਕੰਮ ਕੀਤਾ ਸਭ ਤੋਂ ਪਹਿਲਾਂ ਆਪਣੇ ਆਪ ਉਹਨਾਂ ਨੇ ਪੇਸ਼ ਕੀਤਾ ਟਰਾਇਲ ਕਰਨਾ ਤਾਂ ਦੇਸ਼ ਦੇ ਲੋਕਾਂ ਤੋਂ ਪਹਿਲਾਂ ਸਾਡੇ ਵੋਟਰਾਂ ਤੋਂ ਪਹਿਲਾਂ ਸਾਡੇ ਮੋਢੇ ਤੇ ਟੀਕਾ ਲਾਓ ਸਾਡੇ ਦੇ ਟਰਾਇਲ ਕਰੋ ਪਾਸ ਹੋ ਗਿਆ ਤਾਂ ਦੇਸ਼ ਦੇ ਸਾਰੇ ਲੋਕਾਂ ਨੂੰ ਲਾ ਦਿਓ ਨਹੀਂ ਤੇ ਨਹੀਂ ਤੁਸੀਂ ਦੇਖੋ ਮੈਂ ਕਹਿੰਨਾ ਕਿ ਟਿੱਪਣੀਆਂ ਕਰ ਦੇਣ ਆਪਣੇ ਪ੍ਰਾਈਮਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰ ਕਿ ਕਿੰਨੇ ਐਮਪੀ ਕਿੰਨੇ ਐਮਐਲਏ ਕਿੰਨੇ ਲੀਡਰ ਕਿੰਨੇ ਸੀਨੀਅਰ ਮੀਤ ਪ੍ਰਧਾਨ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਟਰਾਇਲ ਸਾਡੇ ਦੇ ਕਰੋ ਛਿੱਟੇ ਮਾਰਾਂ ਥੋੜੇ ਜਿਹਾ ਖਾਂਦੇ ਨਹੀਂ ਮੈਂ ਕਹ ਦੱਸ ਸੁਪਨੇ ਜੋ ਬਾਹਰ ਆਓ ਥੋੜੇ ਜਿਹਾ ਤੁਸੀਂ ਕੀ ਕਰਦੇ ਹੋ WhatsApp ਇਹ ਦੇਖੋ ਲੀਡਰ ਜਿਹੜਾ ਹੁੰਦਾ ਨਾ ਉਹਨੇ ਨਹੀਂ ਇਹ ਕੰਮ ਕਰਨਾ ਹੁੰਦਾ ਇਹ ਤਾਂ ਜਿਹੜੀ ਪਰਜਾ ਜਨਤਾ ਆਮ ਲੋਕ ਕੀੜੇ ਮਕੌੜੇ ਇਹ ਉਹਨਾਂ ਦੇ ਉੱਪਰ ਟ੍ਰਾਇਲ ਰੂਲ ਹੁੰਦੇ ਆ ਇਹ ਤਾਂ ਦੇਖੋ ਤੁਸੀਂ ਕਹਿੰਦੇ ਉਹ ਟ੍ਰਾਇਲ ਕਰਾ ਲੈਣ ਉਹ ਤਾਂ ਭਾਰਤ ਦੀ ਦਵਾਈ ਛੱਡ ਕੇ ਭਾਰ ਦਾ ਇਲਾਜ ਨਹੀਂ ਕਰਾਉਂਦੇ ਆਹਹ ਕਹਿੰਦੇ ਬੰਦੇ ਨੂੰ ਮਾਰਨਾ ਆ ਜਾਂ ਦਰਦ ਉੱਠੇ ਸਹੀ ਨਾਲ ਇਹ ਅਗਲਾ ਅਮਰੀਕਾ ਦਾ ਜਹਾਜ ਫੜ ਲਿੰਦਾ ਭਾਈ ਸਾਹਿਬ ਵੀ ਮੈਂ ਤੇ ਉਹਨੂੰ ਉੱਥੇ ਕਰਾਣਾ ਹੈਗਾ ਜੋ ਕਰਾਣਾ ਵੀਰ ਜੀ ਇਹਨਾਂ ਡਾਕਟਰਾਂ ਤੇ ਮੈਨੂੰ ਯਕੀਨ ਨਹੀਂ ਤੇ ਸਰਕਾਰੀ ਤਾਂ ਜਮਾ ਹੀ ਨਹੀਂ ਹੁਣ ਪਿਛਲੇ ਦਿਨ ਦੀ ਆਪਾਂ ਵੇਖਿਆ ਹੀ ਆ ਵੀ ਕਿੰਨਿਆਂ ਦੇ ਬਿੱਲ ਆਉਂਦੇ ਆ ਵੀ ਅਗਲਾ ਕਹਿੰਦਾ ਵੱਡੇ ਤੋਂ ਵੱਡਾ ਹਸਪਤਾਲ ਅਸੀਂ ਬਣਾ ਦੇਣਾ ਹੁਣ ਤੇ ਜਿਹੜੇ ਆਲਰੇਡੀ ਬਣੇ ਗਏ ਉਹਦੇ ਚੋਂ ਨਹੀਂ ਜਾਂਦੇ ਕਿਤੇ ਨਾ ਇੱਥੇ ਯਕੀਨ ਨਹੀਂ ਅਸੀਂ ਪ੍ਰਾਈਵੇਟ ਹੈਗੇ ਆ ਹੋਰ ਕੋ ਮਨੈਣਾ ਮੰਨੇ ਭਾਈ ਸਾਹਿਬ ਬਾਬਾ ਨੇ ਮੰਨੇ ਸਿਰਸੇ ਵਾਲਾ ਆਹਾ ਉਹ ਅਗਲਾ ਕਹਿੰਦਾ ਨਾ ਕਿਹੜਾ ਪੀਜੀਆਈ ਇੱਥੇ ਥੋੜਾ ਇਹ ਤਾਂ ਮੈਦਾਨ ਤਾ ਚ ਜਾਣਾ ਨਹੀਂ ਨਹੀਂ ਚਲੋ ਉੱਥੇ ਤਾਂ ਜਾਣਾ ਬਣਦਾ ਵੀ ਸਗਾ ਉਹਨਾਂ ਦਾ ਨਾ ਕਿਉਂਕਿ ਵੱਡੇ ਬੰਦੇ ਨੇ ਜਦ ਲਿਜਾਣ ਵਾਲੇ ਰਾਜ਼ੀ ਆ ਤਾਂ ਫਿਰ ਤੁਹਾਨੂੰ ਕੀ ਭਾਈ ਹਾਂ ਨਾਲੇ ਦੇਖੋ ਨਾ ਪੀਜੀਆਈ ਵਾਲੇ ਨੇ ਕੀ ਪ ਨੇ ਚਲੋ ਆਪਾਂ ਉਧਰਲੇ ਪਾਸੇ ਨੂੰ ਨਹੀਂ ਜਾਂਦੇ ਕਿਉਂਕਿ ਅਗਲੇ ਦੀ ਚਲਦੀ ਆ ਤਾਂ ਫਿਰ ਭਾਈ ਚਲਦੀ ਆ ਤੇ ਬਾਕੀ ਸੇਵਾਦਾਰਾਂ ਦੇ ਵੀ ਕਹਿੰਦੇ ਕਾਰਡ ਕੂਟ ਜਿਹੜੇ ਹੁਣ ਰੱਦ ਕਰ ਦਿੱਤੇ ਅਸੰਧਾਲੀਆ ਸਭ ਆਪਾਂ ਸਿੱਧੇ ਪੰਜਾਬ ਵਾਲੇ ਪਾਸੇ ਆਉਣਾ ਪ੍ਰਗਟ ਸਿੰਘ ਫਿਰ ਸੇਵਾ ਕਰਨ ਨੂੰ ਫਿਰਦੇ ਆ ਨਹੀਂ ਨਹੀਂ ਕਾਰ ਹੀ ਦਿੱਤੀ ਲਗਭਗ ਤਕਰੀਬਨ ਕਰਨ ਨੂੰ ਫਿਰਦੇ ਹੁਣ ਤੁਸੀਂ ਦੇਖੋ ਕਈ ਵਾਰੀ ਹੁੰਦਾ ਨਾ ਕਿ ਬੰਦਾ ਕਹਿੰਦਾ ਯਾਰ ਮਰ ਜੀਆਂ ਲੱਤਾਂ ਘੁੱਟੋ ਕੋਈ ਬੰਦਾ ਘਰ ਦੇ ਵਿੱਚ ਹੁੰਦਾ ਉਹ ਲੱਤਾਂ ਘੁੱਟਦੇ ਨਹੀਂ ਤੇਲ ਲੈ ਕੇ ਐਂ ਚਸਤ ਪਿੰਨੀਆਂ ਹਮ ਹਣਾ ਵੀ ਦੁਖਤੀਆਂ ਬਾਹਲੀਆਂ ਔਖਾ ਹੋ ਜਾਂਦਾ ਉਹ ਪਹਿਲਾਂ ਤਾਂ ਐ ਕੁੱਟੀਆਂ ਸੀ ਜਦੋਂ ਦੇਖਿਆ ਕਿ ਪਾਈ 3 ਮੈਂਬਰ ਖੜਗੇ ਹੋਰੀ ਜੜੇ ਆ ਰਾਬਤ ਸਾਹਿਬ ਉਹ ਸਾਰੇ ਬੰਦੇ ਨਾਲ ਅਗਰਵਾਲ ਸਾਹਿਬ ਤਿੰਨ ਬੰਦਿਆਂ ਦੀ ਕਮੇਟੀ ਬਣੀ ਸੀ ਜਿਨ੍ਹਾਂ ਦੇ ਸਾਹਮਣੇ ਜਾ ਕੇ ਪੇਸ਼ ਹੋਏ ਸੀ ਉਹਨਾਂ ਨੇ ਆਪਣੀ ਫਾਈਲ ਐ ਜਾ ਕੇ ਬੀਬੀ ਸੋਨੀਆ ਗਾਂਧੀ ਜੀ ਦੇ ਮੂਰੇ ਰੱਖੀ ਕਿ ਬੀਬੀ ਜੀ ਆਹ ਫਾਈਲ ਹੈ ਆ ਸਾਡੀਆਂ ਰეკਮੈਂਡੇਸ਼ਨਸ ਨੇ ਅਸੀਂ ਆ ਫੀਲ ਕੀਤਾ ਮਹਿਸੂਸ ਕੀਤਾ ਸਾਡੀਆਂ ਸਿਫਾਰਸ਼ਾਂ ਨੇ ਅੰਤਮ ਫੈਸਲਾ ਤੁਹਾਡਾ ਇਹਦੇ ਤੋਂ ਪਹਿਲਾਂ ਕਿ ਬੀਬੀ ਸੋਨੀਆ ਗਾਂਧੀ ਉਹ ਫਾਈਲ ਖੋਲਦੇ ਇਹ ਫਾਈਲ ਖੋਲਣ ਦੇ ਵੇਲੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕੈਪਟਨ ਸਾਹਿਬ ਤਾਂ 3 ਐਮਐਲਏ ਲੈ ਕੇ ਆ ਗਏ ਆ ਕੈਪਟਨ ਸਾਹਿਬ ਨੇ ਤਾਂ ਕੱਲ ਗੱਲ ਹੋਈ ਸੀ ਫੋਨ ਤੇ 7-8 ਐਮਪੀ ਜਿਹੜੇ ਪੰਜਾਬ ਦੇ ਉਹਨਾਂ ਨੂੰ ਘਰੇ ਜਾ ਕੇ ਮਿਲ ਕੇ ਆਏ ਆ ਯਾ ਦੇਖੋ ਕਿੰਨਾ ਪ੍ਰਤਾਪ ਹੈ ਦੇਖੋ ਕਿੰਨਾ ਵਧੀਆ ਕੰਮ ਹੈ ਉਹਦੇ ਤੋਂ ਪਹਿਲਾਂ ਪ੍ਰਗਟ ਸਿੰਘ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਹਾਲਾਂਕਿ ਪੂਰੀ ਉਮੀਦ ਹੈ ਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਨੋਟਿਸ ਲਿਆ ਜਾਊਗਾ ਹੋ ਸਕਦਾ ਹਾਈ ਕਮਾਂਡ ਦੇ ਕੋਲੇ ਸ਼ਿਕਾਇਤ ਵੀ ਪਹੁੰਚਾ ਹੈ ਕਿ ਭਾਈ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਪਬਲਿਕ 'ਚ ਨਹੀਂ ਜਾਣਾ ਪ੍ਰੈਸ 'ਚ ਨਹੀਂ ਜਾਣਾ ਜੋ ਕੁਝ ਕਹਿਣਾ ਪਾਰਟੀ ਦੇ ਅੰਦਰੂਨੀ ਤੰਤਰ ਦੇ ਵਿੱਚ ਕਹਿਣਾ ਪਾਰਟੀ ਪਲੇਟਫਾਰਮ ਤੇ ਕਹਿਣਾ ਪ੍ਰਗਟ ਸਿੰਘ ਨੇ ਚਾਰ ਕਿ ਚੀਜ਼ਾਂ ਕਹੀਆਂ ਗਲਤ ਨੇ ਸਹੀ ਨੇ ਇਹ ਤਾਂ ਆਪਣੇ ਪਰਿਵਾਰ ਦੇ ਮੈਂਬਰ ਦੇਖਣ ਜਾਣਨ ਪਰ ਪਹਿਲੀ ਗੱਲ ਉਹ ਕਹਿੰਦੇ ਜੀ ਦੇਖੋ ਜੇ ਤਾਂ ਕੋਈ ਡੋਸੀਅਰ ਜਾਨੀ ਕਿ ਜੇ ਕੋਈ ਕੱਚਾ ਚਿੱਠਾ ਐਮ ਐਲ ਏਜ਼ ਦਾ ਮੰਤਰੀਆਂ ਦਾ ਕੈਪਟਨ ਸਾਹਿਬ ਲੈ ਕੇ ਗਏ ਆ ਹਾਈ ਕਮਾਂਡ ਦੇ ਕੋਲੇ ਕਿਉਂਕਿ ਚਰਚਾ ਚੱਲਦੀ ਆ ਨਾ ਕਿ ਬਹੁਤ ਸਾਰੇ ਵਿਧਾਇਕ ਜੇ ਗਲਤ ਕੰਮ ਕਰਦੇ ਆ ਤੇ ਉਹਨਾਂ ਦੀ ਸਾਰੀ ਡਿਟੇਲ ਬਣਾ ਕੇ ਲੈ ਕੇ ਗਏ ਆ ਹੂੰ ਹੂੰ ਉਹ ਕਹਿੰਦੇ ਮੈਂ ਚੁਣੌਤੀ ਦਿਨਾ ਮੈਂ ਕਹਿਨਾ ਕਿ ਹਾਈ ਕਮਾਂਡ ਨੂੰ ਤਾਂ ਦੱਸਿਆ ਠੀਕ ਐ ਪਰ ਐਸ ਚ ਪੇਸ਼ ਕਰ ਦਿਓ ਕਿ ਭਾਈ ਆ ਐਮਐਲਏ ਆ ਗਲਤ ਕੰਮ ਕਰਦਾ ਲੋਕਾਂ ਨੂੰ ਵੀ ਕਹਿੰਦੇ ਪਤਾ ਲੱਗ ਜਾ ਲੋਕਾਂ ਦਾ ਹੱਕ ਐ ਜਾਣਨਾ ਕਿ ਅਸੀਂ ਨੁਮਾਇੰਦੇ ਚੁਣ ਕੇ ਭੇਜੇ ਆ ਤੇ ਜਿਹੜੇ ਨੁਮਾਇੰਦੇ ਚੁਣ ਕੇ ਭੇਜੇ ਆ ਤੇ ਜੀ ਉਹਨਾਂ ਨੇ ਗਲਤ ਕੰਮ ਕੀਤਾ ਤੇ ਨਾਲ ਹੀ ਉਹ ਕਹਿੰਦੇ ਪੂਰਾ ਬਹੁਮਤ ਐ 59 ਬੰਦੇ ਚਾਹੀਦੇ ਆ ਸਰਕਾਰ ਬਣਾਉਣ ਦੇ ਲਈ ਤੁਹਾਡੇ ਕੋਲ 80 ਤੋਂ ਵੱਧ ਨੇ ਤੁਹਾਡੀ ਕਿਹੜਾ ਸਰਕਾਰ ਟੁੱਟ ਚਲੀ ਐ ਜੇ ਚਾਰ ਪੰਜ ਬੰਦੇ ਤੁਹਾਨੂੰ ਟੰਗਣੇ ਵੀ ਪੈ ਕਿ ਭਾਈ ਆ ਬੰਦੇ ਗਲਤ ਕੰਮ ਕਰਦੇ ਥੋੜੀ ਸਰਕਾਰ ਸਗੋਂ ਮਜ਼ਬੂਤ ਹੋ ਜੂ ਉਹ ਕਹਿੰਦੇ ਤੁਹਾਨੂੰ ਕਾਰਵਾਈ ਕਰਨ ਤੋਂ ਰੋਕਿਆ ਕਿਨੇ ਆ ਜੇ ਕੋਈ ਬੰਦਾ ਭ੍ਰਿਸ਼ਟਾਚਾਰ ਕਰਦਾ ਜੇ ਕਿਸੇ ਬੰਦੇ ਨੇ ਮਾੜਾ ਕੰਮ ਕੀਤਾ ਤੇ ਥੋੜੀ ਡਿਊਟੀ ਹਾਈ ਕਮਾਂਡ ਨੂੰ ਦੱਸ ਕੇ ਖਤਮ ਨਹੀਂ ਹੁੰਦੀ ਥੋੜੀ ਡਿਊਟੀ ਆ ਕਿ ਉਹਦੇ ਉੱਤੇ ਤੁਸੀਂ ਕਾਨੂੰਨੀ ਕਾਰਵਾਈ ਕਰੋ ਦੂਸਰਾ ਮਸਲਾ ਆ ਗਿਆ ਇਰੀਗੇਸ਼ਨ ਡਿਪਾਰਟਮੈਂਟ ਦਾ ਸੰਧਾਵਾਲੀਆ ਸਭ ਤੁਹਾਨੂੰ ਚੇਤਾ ਹੁਣਾ ਗੁਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਠੇਕੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੀ ਸਰਕਾਰ ਦੇ ਵੇਲੇ ਕਿ ਉਹਨੇ ਜੀ ਸੈਂਕੜੇ ਕਰੋੜ ਦਾ ਘੁਟਾਲਾ ਕਰਤਾ ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਵੱਡਾ ਮਸਲਾ ਕਿ ਇਕੱਲਾ ਹੀ ਕਰ ਗਿਆ ਇੱਕ ਠੇਕੇਦਾਰ ਹੀ ਪੈਸੇ ਖਾ ਗਿਆ ਉੱਪਰ ਕਿਸੇ ਨੂੰ ਪਤਾ ਹੀ ਨਾ ਲੱਗਾ ਸਾਰਾ ਕੁਝ ਢਿੱਡ ਚ ਪਾ ਗਿਆ ਪ੍ਰਗਟ ਸਿੰਘ ਨੇ ਉਹ ਵੀ ਮਸਲਾ ਚੱਕਿਆ ਉਹ ਕਹਿੰਦੇ ਕਿ ਉਸ ਮਸਲੇ ਦੇ ਵਿੱਚ ਕਿਸੇ ਵੱਡੇ ਬੰਦੇ ਨੂੰ ਹੱਥ ਹੀ ਨਹੀਂ ਪਾਇਆ ਇੱਕ ਬੰਦਾ ਇੱਡਾ ਵੱਡਾ ਕਪੜਾ ਕਿਦਾਂ ਕਰ ਸਕਦਾ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਸਰਕਾਰ ਦੇ ਇੱਕ ਮੰਤਰੀ ਦਾ ਵੀ ਜ਼ਿਕਰ ਕਰ ਦਿੱਤਾ ਕਹਿੰਦੇ ਦੋ ਦੋ ਵਾਰੀ ਬੰਦਾ ਮੁਆਵਜ਼ਾ ਲੈ ਗਿਆ ਹੋਵੇ ਤੇ ਅਜੇ ਤੱਕ ਵੀ ਬੰਦੇ ਅਹੁਦਿਆਂ ਤੇ ਬੈਠੇ ਹੁਣ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਤੇ ਨਾਲ ਦੀ ਨਾਲ ਉਹਨਾ ਇੱਕ ਮੁੱਖ ਮੰਤਰੀ ਸਾਹਿਬ ਦੇ ਪੀਏ ਦਾ ਵੀ ਜ਼ਿਕਰ ਕਰ ਦਿੱਤਾ ਨਾ ਤਾਂ ਨਹੀਂ ਲਿਆ ਉਹ ਕਹਿੰਦੇ ਸਾਨੂੰ ਨਹੀਂ ਪਤਾ 417 517 717 ਮੈਰੇਜ ਪੈਲੇਸ ਹੋਟਲ ਕਿਹਨੇ ਬਣਾਇਆ ਮਾੜਾ ਮੋਟਾ ਨੇੜੇ ਵੀ ਦੇਖ ਲਿਆ ਕਰੋ ਇੱਕੋ ਗੱਲ ਇਹ ਆ ਵੀ ਇਹ ਜਿਹੜੀ ਚੀਜ਼ ਪ੍ਰਗਟ ਸਿੰਘ ਉਹਨੇ ਹੁਣ ਕਹੀ ਮੇਰਾ ਖਿਆਲ ਜੇ ਤੁਹਾਨੂੰ ਯਾਦ ਹੋਵੇ ਤੇ ਇਹ ਗੱਲ ਆਪਾਂ ਵੀ ਡਿਸਕਸ ਕੀਤੀ ਸੀ ਉਸ ਦਿਨ ਜਿਸ ਦਿਨ ਇਹ ਕੰਮ ਚੱਲਿਆ ਸੀ ਕਿ ਵੀ ਉਹਦੇ ਚੋਂ ਆ ਹੈ ਆ ਹੈ ਆ ਹੈ ਆ ਹੈ ਵੀ ਇਹ ਚੀਜ਼ਾਂ ਦਿਖਾ ਕਿ ਕੈਪਟਨ ਸਾਹਿਬ ਹੋ ਸਕਦਾ ਕਿ ਆਪਣਾ ਪਾਲਾ ਤੇ ਉਹਨੂੰ ਮਜ਼ਬੂਤ ਕਰ ਲੈਣਗੇ ਵੀ ਆਹ ਦੇਖੋ ਮਹਾਰਾਜ ਇਹ ਬੰਦੇ ਇਦਾਂ ਇਦਾਂ ਕਰਦੇ ਫਿਰਦੇ ਤੇ ਅੰਦਰੋਂ ਆਹ ਕੁਛ ਨਹੀਂ ਜੀ ਆਹ ਕੁਛ ਨਹੀਂ ਤਾਂ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਵੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਚੁਣਿਆ ਜਵਾਬਦੇ ਹੀ ਤਾਂ ਉਹਨਾਂ ਨੂੰ ਬਣਦੀ ਸੀ ਕਿ ਹਾਈ ਕਮਾਂਡ ਨੂੰ ਬਣਦੀ ਸੀ ਉਸ ਦਿਨ ਵੀ ਆਪਾਂ ਮਹਾਰਾਜ ਹਲਕਾ ਜਿਹਾ ਜ਼ਿਕਰ ਕੀਤਾ ਸੀ ਪਰ ਹੁਣ ਜੇ ਮੰਨ ਲਓ ਉਹਨਾਂ ਦੀ ਆਪਣੀ ਪਾਰਟੀ ਦੀ ਇਹ ਕੈਮਰੇ ਨੇ ਗੱਲ ਚੋਕ ਲਈ ਤੇ ਇਹ ਤਾਂ ਮ ਲਈ ਗੱਲ ਕਲੀਅਰ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀਆਂ ਨੇ ਚੱਕ ਲੈਣੀ ਆ ਨਾ ਆਮ ਆਦਮੀ ਪਾਰਟੀ ਵਾਲੇ ਢਿੱਲੇ ਪੈਣ ਵਾਲੇ ਨਾ ਅਕ ਕਿ ਕਿ ਬੀਰੇਪੀ ਤੇ ਪੈਊਗੀ ਪਾਊਗੀ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਕੋਈ ਨਾ ਕੋਈ ਮੁੱਦਾ ਚਾਹੀਦਾ ਹੁਣ ਇਹਦੇ ਤੋਂ ਵਧੀਆ ਮੁੱਦਾ ਕੀ ਹੋ ਸਕਦਾ ਵੀ ਆਪ ਬੰਦੇ ਨੇ ਜਾਂਚ ਕਰਾਈ ਹੋਵੇ ਆਪ ਸਾਰੀ ਰਿਪੋਰਟ ਲਈ ਹੋਵੇ ਰਿਪੋਰਟ ਐ ਇਕੱਠੀ ਕਰਕੇ ਫਾਈਲ ਬਣੀ ਹੋਵੇ ਤੇ ਉਸ ਫਾਈਲ ਦੇ ਵਿੱਚ ਉਹ ਸਾਰਾ ਕੁਝ ਹੋਵੇ ਜੋ ਚੋ ਕਲੀਅਰ ਹੋ ਜਾਵੇ ਭਾਈ ਸਾਹਿਬ ਵੀ ਇੰਨੇ ਸਾਲ ਜਿਹੜੀ ਸਰਕਾਰ ਚੱਲੀ ਉਹਦੇ ਜੋ ਕਿਹੜਾ ਕਿਹੜਾ ਬੰਦਾ ਕਿੰਨੀ ਕਿੰਨੀ ਮਲਾਈ ਖਾ ਗਿਆ ਇਹ ਮੈਨੂੰ ਐ ਲੱਗਦਾ ਵੀ ਹੋ ਸਕਦਾ ਕਾਂਗਰਸ ਪਾਰਟੀ ਦਾ ਇਹ ਸਾਰਾ ਕੁਝ ਸਮੇਟ ਦਿਆਂ ਸਮੇਟ ਦਿਆਂ ਜਾਂ ਆਪਣੀ ਕੁਰਸੀ ਬਚਾਉਂਦਿਆਂ ਜਾਂ ਆਪਣਾ ਹੱਥ ਉੱਪਰ ਕਰਦਿਆਂ ਕੈਪਟਨ ਸਾਹਿਬ ਨੇ ਜੇ ਇਹ ਸਾਰਾ ਕੁਝ ਹਾਲਾਂਕਿ ਉਹਨੇ ਜਵਾਬ ਤਹੀ ਦਿੱਤਾ ਵੀ ਇਹੋ ਜੀ ਕੋਈ ਗੱਲ ਨਹੀਂ ਪਰ ਜੇ ਕੀਤਾ ਤੇ ਇਹ ਨਾ ਉਹ ਕਿਉਂ ਦੇ 6 ਮਹੀਨੇ ਜਿਹੇ ਵਡਾ ਮੁੱਦਾ ਬਣ ਜਾਈ ਸੰਧਾਲੀਆ ਸਭ ਇੱਕ ਗੱਲ ਤਾਂ ਪੱਕੀ ਆ ਕਿ ਦੁੱਤੋਤੇ ਤਾਂ ਸਾਰੇ ਨਹੀਂ ਹੈਗੇ ਨਾ ਸਾਰੇ ਮਾੜੇ ਹੈਗੇ ਆ ਕੰਮ ਤਾਂ ਮਾੜੇ ਚੰਗੇ ਹੋਏ ਆ ਕੋਈ ਨਾ ਕੋਈ ਤਾਂ ਕਾਣਾ ਹੈਗਾ ਜਿਹੜਾ ਬੰਦਾ ਕਾਣਾ ਹੈਗਾ ਉਹਦੇ ਤੇ ਕਾਰਵਾਈ ਬਹੁਤ ਜ਼ਰੂਰੀ ਆ ਪਰ ਕਪਤਾਨ ਸਾਹਿਬ ਦਾ ਨਾਲ ਲੱਗਦਾ ਬਿਆਨ ਆ ਗਿਆ ਉਹ ਕਹਿੰਦੇ ਪਾਰਦਰਸ਼ੀ ਰਾਜ ਕੀਤਾ ਹੂੰ ਐਦਾਂ ਦੀ ਕੋਈ ਗੱਲ ਨਹੀਂ ਕੋਈ ਕਾਗਜ਼ ਪੱਤਰ ਨਹੀਂ ਉੱਥੇ ਗਿਆ ਜੇ ਹੁੰਦਾ ਤਾਂ ਪਹਿਲਾਂ ਹੀ ਕਾਰਵਾਈ ਕਰਦੇ ਨੇ ਸੀ ਪ੍ਰਗਟ ਸਿੰਘ ਦੇ ਦੋਸ਼ਾਂ ਦਾ ਉਹਨੇ ਠੋਕੇ ਜਵਾਬ ਦਿੱਤਾ ਕਹਿੰਦੇ ਐਦਾਂ ਦੀ ਗੱਲ ਹੀ ਮੈਂ ਇਦਾਂ ਦੇ ਕੋ ਪੰਡ ਬਣ ਕੇ ਲਗਿਆ ਹੀ ਨਹੀਂ ਜੇ ਕੋ ਹੁੰਦੀ ਗੱਲ ਤਾਂ ਇੱਥੇ ਨਿਬੇੜ ਲੈਣੀ ਸੀ ਆਪਾਂ ਦਿੱਲੀ ਜਾ ਕੇ ਥੋੜੀ ਦੱਸਣੀ ਸੀ ਪਰ ਪ੍ਰਗਟ ਸਿੰਘ ਨੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਹਿੰਦੇ ਜੀ ਬਹੁਤ ਸਾਰੇ ਜਿਹੜੇ ਐਮ ਐਲ ਏ ਨੇ ਸੈਂਡ ਮਾਫੀਆ ਦੇ ਪੇਰੋਲਤੇ ਨੇ ਮਹੀਨਾ ਜਾਂਦਾ ਹੈ ਰੁਪਈਏ ਜਾਂਦੇ ਆ ਤਾਂ ਨਹੀਂ ਬੋਲਦੇ ਉਹ ਕਹਿੰਦੇ ਦੇਖੋ ਮੈਂ ਕੀ ਅੱਖਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਤਾਂ ਪਤਾ ਹੀ ਆ ਕਿ ਇੱਥੇ ਕੀ ਕੁਝ ਹੋਈ ਜਾਂਦਾ ਜਾਣੀ ਜੇ ਰੇਤਾ ਦਾ ਪਾਥ ਥੱਲੇ ਨਹੀਂ ਆਇਆ ਮੈਂ ਨਹੀਂ ਕਹਿਣਾ ਕਿ ਕੋਈ ਐਮ.ਐਲ.ਏ ਪੈਸੇ ਲੈਂਦਾ ਹਮ ਹਮ ਪਰ ਸੰਧਾਲੀਆਂ ਸਭ ਇਹ ਸਾਰੇ ਹੀ ਕਾਂਗਰਸੀ 2017 ਦੇ ਫਰਵਰੀ ਮਹੀਨੇ ਦੀ 4 ਤਰੀਕ ਤੱਕ ਜਦੋਂ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਨਹੀਂ ਸੀ ਪਈਆਂ ਜੇ ਉਦੋਂ ਤੱਕ ਇਹ ਸਾਰੇ ਹੀ ਕਹਿੰਦੇ ਸੀ ਨਾ ਕਿ ਰੇਤਾ ਦੇ ਭਾਅ ਨੂੰ ਤਾਂ ਅੱਗ ਲੱਗੀ ਹੋਆ ਕਿਉਂਕਿ ਨਜਾਇਜ਼ ਮਾਈਨਿੰਗ ਹੁੰਦੀ ਹੈ ਹਮ ਹਮ ਕਿਉਂਕਿ ਮਾਈਨਿੰਗ ਮਾਫੀਆ ਸਰਕਾਰ ਦੇ ਬੰਦੇ ਚਲਾਉਂਦੇ ਆ ਪਿਛਲੀ ਸਰਕਾਰ ਦੇ ਇਹ ਦਾਵਾ ਕਰਦੇ ਸੀ ਠੀਕ ਹੈ ਉਹਨਾਂ ਦੀ ਗੱਲ ਨੂੰ ਆਪਾਂ ਸੱਚ ਮੰਨਿਆ ਰੇਤਾ ਦਾ ਭਾਅ ਤਾਂ ਥੱਲੇ ਆਇਆ ਹੀ ਨਹੀਂ ਇਹਦਾ ਮਤਲਬ ਹੈ ਕਿ ਫਿਰ ਜੇ ਰੇਤਾਂ ਦਾ ਭਾਅ ਥੱਲੇ ਨਹੀਂ ਆਇਆ ਨਜਾਇਜ਼ ਮਾਈਨਿੰਗ ਬਾਰ-ਬਾਰ ਉਹਦੇ ਮੁੱਦੇ ਸਾਹਮਣੇ ਆਉਂਦ ਰਿਹਾ ਕੈਪਟਨ ਸਾਹਿਬ ਨੇ ਹੈਲੀਕਾਪਟਰਾਂ ਹੀ ਵੀ ਦੇਖੀ ਇਹਦਾ ਮਤਲਬ ਹੈ ਕਿ ਨਜਾਇਜ਼ ਮਾਈਨਿੰਗ ਚੱਲੀ ਹਾਂ ਉਹ ਬੱਕਰੀ ਗੱਲ ਹੈ ਕਿ ਜਿਹੜਾ ਅਟ੍ਰੈਚੀ ਕੇਸ ਪਹਿਲਾਂ ਕਿਸੇ ਹੋਰ ਨੂੰ ਜਾਂਦਾ ਹੋਗਾ ਹੁਣ ਦੂਜੇ ਪਾਸੇ ਆਉਣ ਲੱਗ ਪਿਆ ਹੁਣ ਜੇ ਜਾਂ ਤਾਂ ਰੇਤਾਂ ਦੇ ਭਾਅ ਥੱਲੇ ਆ ਜਾਂਦੇ ਜਾਂ ਸਰਕਾਰ ਦੀ ਆਮਦਨ ਹੀ ਵਧ ਜਾਂਦੀ ਜਿੱਦਾਂ ਬਾਕੀ ਤਿਲੰਗਾਨਾ ਵਾਲਿਆਂ ਦੀ ਵਧਿਓ ਆ ਜੇ ਆਮਦਨ ਵੀ ਪੂਰੀ ਨਹੀਂ ਬਧੀ ਜੇ ਭਾਅ ਵੀ ਥੱਲੇ ਨਹੀਂ ਆਇਆ ਇਹਦਾ ਮਤਲਬ ਹੈ ਕਿ ਲੋਕਾਂ ਦੀ ਲੁੱਟ ਹੁੰਦੀ ਰ ਉਹ ਨੋਟ ਗੁੱਛੀ ਕਰਕੇ ਕਿਹਦੀ ਜੇਬ ਦੇ ਵਿੱਚ ਪੈਂਦੇ ਆ ਬੰਦੇ ਝੰਡੇ ਪਾਰਟੀ ਦੇ ਰੰਗ ਬਦਲੇ ਆ ਦੇਖੋ ਗੱਲ ਹੈ WhatsApp ਹੋ ਸਕਦਾ ਵੀ ਇਸ ਵੇਲੇ ਲੋਕ ਮਹਿਸੂਸ ਨਾ ਕਰ ਸਕਣ ਮੈਨੂੰ ਲੱਗਦਾ ਵੀ ਇਹਨੂੰ ਆਪਾਂ ਇਦਾਂ ਜੇ ਮਹਿਸੂਸ ਕਰ ਸਕਦੇ ਹਾਂ ਕਿ 2007 ਚ ਚਲੀਏ 2007 ਦੇ ਵਿੱਚ ਨਵੀਂ ਨਵੀਂ ਸਰਕਾਰ ਉਧਰੋਂ ਟੁੱਟ ਕੇ ਤੇ ਕਾਲੀ ਦਲ ਭਾਜਪਾ ਦੀ ਬਣੀ ਫਿਰ ਹੌਲੀ ਹੌਲੀ ਕੰਮ ਚੱਲਿਆ 8 ਦਾ ਫਿਰ 9 ਦਾ ਫਿਰ 10 ਦਾ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਉੱਤੀਰਾ ਭਲਾ ਜੀ ਇਦਾਂ ਕਿਉਂ ਹੋ ਗਿਆ ਯਾਰ ਰੇਤ ਮਹਿੰਗੀ ਹੋ ਗਈ ਅੱਛਾ ਬਜਰੀ ਇਦਾਂ ਹੋ ਗਈ ਇਹ ਹੌਲੀ ਹੌਲੀ 12 13 ਤੱਕ ਆਉਂਦੇ ਆ ਲੋਕਾਂ ਨੂੰ ਕਲੀਅਰ ਘੱਟ ਸਮਝ ਲੱਗਣ ਲੱਗ ਗਈ ਭਾਈ ਸਾਹਿਬ ਗੇਮ ਹੈਗੀ ਚਲਦੀ ਚਲਦੀ ਜਦੋਂ ਇਹ 16 ਤੱਕ ਆ ਗਈ ਤੇ ਹੁਣ ਤੁਸੀਂ ਦੇਖੋ ਵੀ 17 ਤੇ 2007 10 ਸਾਲ ਨੇ ਹੁਣ 10 ਸਾਲ ਮੰਨ ਲਓ ਮੈਂ ਵੀ ਆਪਣੇ ਆਪ ਨੂੰ ਲੀਡਰ ਆਖਾਂ ਦੇ WhatsApp ਤੁਸੀਂ ਦੂਜੀ ਪਾਰਟੀ 'ਚ ਹੋ ਮੈਂ ਦੂਜੀ 'ਚ ਹਾਂ ਤੇ ਮੈਨੂੰ ਪਤਾ ਹੋਵੇ ਵੀ ਯਾਰ ਇਧਰੋਂ ਅਟੈਚ ਹੀ ਆਉਂਦਾ ਏ ਉਹ ਬਾਟ ਦੀ ਜੇ ਵਿੱਚ ਪੈ ਗਿਆ ਇਧਰੋਂ ਆਏ ਉਹ ਬਾਟ ਦੀ ਜੇ ਵਿੱਚ ਪੈ ਗਿਆ ਤੇ ਮੈਨਰੇ ਜੀ ਕਾ ਮਾਰੂੰਗਾ ਜੀ ਇਸ ਕਰਕੇ ਜੀ ਉਦੋਂ ਬੰਦੇ ਆਉਂਦੇ ਸੀ ਤੂੰ ਐਸੇ ਕਰ ਗਿਆ ਦੇ ਵੀ ਉਹ ਦੀ ਜੇਬ ਚ ਪੈ ਗਿਆ ਹੁਣ ਹੋਇਆ ਕੀ ਕੁਰਸੀ ਬਦਲ ਗਈ ਉਹ ਚੀਜ਼ ਉਦਾਂ ਹੀ ਜਾ ਰਹੀ ਸੀ ਪਰ ਹੁਣ ਮੈਂ ਬਾਹਰ ਦੀ ਜਗ੍ਹਾ ਤੇ ਆ ਗਿਆ ਜੇਬ ਤੁਹਾਡੀ ਆ ਜੇਬ ਮੇਰੀ ਆ ਹੁਣ ਉਹਦੇ ਜਾਈ ਉਹ ਜੇਬ ਚ ਪੈ ਗਈ ਤੇ ਹੁਣ ਮੈਂ ਕਿਉਂ ਬੋਲੂਗਾ ਯਾਰ ਨਹੀਂ ਗੱਲ ਤਾਂ ਤੁਹਾਡੀ ਠੀਕ ਆ ਦੂਜੇ ਵੀ ਨਹੀਂ ਬੋਲਦੇ ਕਿਉਂਕਿ ਸਾਰਿਆਂ ਨੂੰ ਪਤਾ ਕਿ ਸਰਕਾਰ ਭਲਕ ਨੂੰ ਕੀ ਪਤਾ ਫੇ ਆ ਜਵੇ ਕਿਉਂਕਿ ਉਹਨਾਂ ਨੇ ਉਹ ਚੀਜ਼ ਹੰਡਾ ਲਈ ਆ ਵੀ ਜੇ ਸਾਡੀ ਕੁਰਸੀ ਤੇ ਇਹ ਬਹਿ ਸਕਦੇ ਤੇ ਕੱਲ ਨੂੰ ਇਹ ਨਾਲੀ ਤੇ ਫੇਰ ਆਪਾਂ ਬਹਿਣਾ ਹੁਣ ਆ ਉਦਾਂ ਹੀ ਵੀ ਇਹ ਆ ਗਿਆ ਹੀ ਯਾਨੀ ਗੇਂਦ ਬੋਚਣ ਦੀ ਗੱਲ ਆ ਬਸ ਬੋਚਦਾ ਕੌਣ ਹੈ ਮੂਰੇ ਆਣੀ 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 ਹੁਣ ਪਰ ਚਲੋ ਇਹ ਰੌਲਾ ਪ੍ਰਪਾ ਪੈ ਗਿਆ ਹਾਲਾਂਕਿ ਫੂਲਕਾ ਸਾਹਿਬ ਨੇ ਵੀ ਗੱਲ ਬੁੱਧਾ ਚੱਕਿਆ ਉਹ ਕਹਿੰਦੇ ਵੀ ਜੇ ਹੋ ਜਾ ਕੋਈ ਡੂਜ਼ ਇਅਰ ਹੈਗਾ ਜੋ ਕੁਝ ਵੀ ਹੈਗਾ ਰੇਤ ਬੱਜੇ ਵਾਲੀ ਕਹਾਣੀ ਜਿੱਦਾਂ ਵੀ ਪ੍ਰਗਟ ਸਿੰਘ ਹੋਣਾ ਜਿਹੜਾ ਮੁੱਦਾ ਚੁੱਕਿਆ ਉਹ ਕਹਿੰਦੇ ਵੀ ਕੈਪਟਨ ਸਾਹਿਬ ਇਹਨੂੰ ਗੱਲ ਨੂੰ ਕਲੀਅਰ ਕਰ ਦਿਓ ਜਾਂ ਤਾਂ ਕਲੀਅਰ ਕਰ ਦਿਓ ਜਾਂ ਫਿਰ ਐਕਸੈਪਟ ਕਰ ਲਓ ਵੀ ਕਹਾਣੀ ਉਹ ਜਿਹੜੀ ਉਦੋਂ ਕਿਤੇ ਬਠਿੰਡੇ ਦੀ ਧਰਤੀ ਤੇ ਨਵਜੋਤ ਸਿੰਘ ਹੋਣਾ ਨੇ ਕਹੀ ਸੀ 75 ਕੇ 25 ਵਾਲੀ ਕਿ ਪਤਾ ਨਹੀਂ 85 ਕੇ 15 ਵਾਲੀ ਉਹ ਸੱਚ ਹੈ ਭਾਈ ਮੈਂ ਦੇਖੋ ਇਹ ਮੁੱਦਾ ਚੱਲ ਪਿਆ ਜੇ ਫੂਲਕਾ ਸਾਹਿਬ ਕਹਿੰਦੇ ਆ ਪ੍ਰਗਟ ਸਿੰਘ ਹੋਰੀ ਕਹਿੰਦੇ ਆ ਵਿਰੋਧੀ ਪਾਰਟੀਆਂ ਨੇ ਦੱਬੇ ਦੱਬੇ ਕਹਿਣਾ ਹੂੰ ਉਹਦੇ ਤੋਂ ਬਾਅਦ ਫਿਰ ਕਲੀਅਰ ਤਾਂ ਕਰਨਾ ਪਊਗਾ ਪਰ ਮੈਨੂੰ ਲੱਗਦਾ ਕਿ ਪ੍ਰਗਟ ਸੂਂ ਦੇ ਉੱਤੇ ਹੋ ਸਕਦਾ ਕਾਰਨ ਦੱਸੋ ਨੋਟਿਸ ਆ ਜਾ ਥੋੜਾ ਜਿਹਾ ਕੋਈ ਨਾ ਕੋਈ ਹਾਈ ਕਮਾਂਡਲੋਂ ਕੁਛ ਨਾ ਕੁਛ ਆ ਜਾਣਾ ਪਰ ਉਹਨਾਂ ਨੂੰ ਇੱਕ ਗੱਲ ਪੁੱਛ ਲਈ ਪੱਤਰਕਾਰਾਂ ਨੇ ਕਹਿੰਦੇ ਆ ਜਿਹੜਾ ਤੁਸੀਂ ਪੀਏ ਦੀ ਗੱਲ ਕਰਦੇ ਹੋ ਉਹੀ ਬੰਦਾ ਤਾਂ ਨਹੀਂ ਕੋਈ ਜਿਹਨਾਂ ਨੇ ਤੁਹਾਨੂੰ ਥੰਮਕੀ ਤੇ ਕਹਿੰਦੇ ਨਹੀਂ ਨਹੀਂ ਉਹ ਨਹੀਂ ਹੈ ਉਹ ਨਹੀਂ ਹੈ ਬੰਦਾ ਹੋਰ ਹੈ ਜਿਹੜੀ ਕਲੀਅਰ ਵੀ ਕਰ ਦਤਾ ਕਿ ਭਾਈ ਕਦੇ ਉਹਦੇ ਦੁਆਲੇ ਨਾ ਹੋ ਜਿਓ ਆ ਨਹੀਂ ਪਰ ਜਿੰਨੀ ਗੱਲ ਉਹਨਾਂ ਨੇ ਦੱਸੀ ਹੈ ਬੜੇ ਪੰਜਾਬ ਵਾਲੇ ਨੂੰ ਪਤਾ ਲੱਗ ਗਿਆ ਹੋਣਾ ਵੀ ਕੀ ਦੀ ਗੱਲ ਹੈ ਗੱਲ ਕਿੱਧਰ ਜਾਂਦੀ ਹੈ ਅੱਛਾ ਪਰ ਇੱਕ ਚੀਜ਼ ਹੈ ਬਾਦ ਸਾਹਿਬ ਮੈਨੂੰ ਆਸ ਘੱਟ ਹੈ ਵੀ ਇਹੋ ਜਿਹਾ ਕੁਝ ਹੋ ਜੂਗਾ ਕਿਉਂਕਿ ਜੇ ਬਿਆਨਸਦਾ ਪ੍ਰਗਟ ਸਿਕ ਹੋਰਾਂ ਨੇ ਦਿੱਤਾ ਇਹਦਾ ਮਤਲਬ ਇਹ ਹੈ ਕਿ ਵੀ ਜਿਸ ਕੋਰਟ ਦੇ ਵਿੱਚ ਅਜੇ ਗੀਂਦ ਆ ਜਿੱਥੇ ਸੁਣਵਾਈ ਚੱਲ ਉਸ ਕੋਡ ਦੇ ਵਿੱਚ ਇਹਨਾਂ ਨੂੰ ਆਪਣਾ ਪਲੜਾ ਵੀ ਭਾਰੀ ਕਿਤੇ ਨਾ ਕਿਤੇ ਲੱਗਦਾ ਹੋਊਗਾ ਵੀ ਯਾਰ ਇਦਾਂ ਨਹੀਂ ਹੈਗਾ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਉਹ ਵੀ ਠੋਕ ਕੇ ਕੀਤੀਆਂ ਵੀ ਮਤਲਬ ਖੜਗੇ ਸਾਹਿਬ ਜਾਂ ਅਗਰਵਾਲ ਸਾਹਿਬ ਜਾਂ ਰਾਵਲ ਸਾਹਿਬ ਦੀ ਕਮੇਟੀ ਇਹ ਨਹੀਂ ਵੀ ਸਾਰਾ ਕੁਝ ਉਧਰ ਹੀ ਹੁੰਝ ਕੇ ਲੈ ਕੇ ਦੇ ਜਾਣਗੇ ਵੀ ਨਹੀਂ ਮਹਾਰਾਜ ਕੈਪਟਨ ਸਾਹਿਬ ਹੀ ਸਾਰਾ ਕੁਝ ਨਹੀਂ ਹਾਲਾਂਕਿ ਪੋਸਟਰ ਵੀ ਲੱਗਣੇ ਸ਼ੁਰੂ ਹੋ ਗਿਆ ਵੀ ਭਾਈ ਸਾਹਿਬ 2022 ਲਈ ਕੈਪਟਨ ਮੁੱਖ ਮੰਤਰੀ 2022 ਲਈ ਕੈਪਟਨ ਮੁੱਖ ਮੰਤਰੀ ਜਾਂ ਹੁਣ ਕੈਪਟਨ ਦਾ ਇੱਕ ਹੀ ਹੁੰਦਾ ਹੁਣ ਇਹ ਸਾਰਾ ਕੁਝ ਹੁੰਦਿਆਂ ਹੁੰਦਿਆਂ ਜੇ ਦੋਵੇਂ ਧਿਰਾਂ ਸਰਗਰਮ ਹੋ ਗਈਆਂ ਤੇ ਦਾ ਮਤਲਬ ਇਹ ਨਹੀਂ ਆ ਕਿ ਵੀ ਇੱਕ ਧਿਰ ਥੱਲੇ ਹੋ ਗਈ ਤੇ ਦੂਜੀ ਉੱਪਰ ਹੋ ਗਈ ਇਦਾਂ ਜਾਪਦਾ ਵੀ ਦੋਵਾਂ ਨੂੰ ਆਪਣਾ ਕੇਸ ਉਥੇ ਬਰਾਬਰ ਲੱਗਦਾ ਹੁਣ ਜਿੱਦਨ ਨਤੀਜਾ ਆਇਆ ਉਥੋਂ ਰਿਜ਼ਲਟ ਆਇਆ ਉਹਦਨ ਅਸਲੀ ਪੋਟਲੀ ਖੁੱਲਣੀ ਸੰਧਾਲੀਆਂ ਸਭ ਦੇਖੋ ਚਰਚਾ ਤੇ ਚੱਲਦੀ ਆ ਕਿ ਜਿਹੜੀ ਰਿਪੋਰਟ ਗਈ ਹੈ ਕਿਉਂਕਿ ਸੂਤਰ ਕੁਛ ਨਾ ਕੁਛ ਤਾਂ ਬਾਹਰ ਲੈ ਆਉਂਦੇ ਆ ਕਿ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਸਪਸ਼ਟ ਲਿਖ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੱਡੇ ਅਹੁਦੇ ਤੇ ਬਿਠਾਉਣਾ ਪਊਗਾ ਤੇ ਬਿਠਾਉਣ ਦੇ ਲਈ ਮਨਾਉਣਾ ਪਊਗਾ ਕਿ ਭਾਈ ਉਹ ਮਨ ਦਾ ਮ ਕਿ ਅਸੀਂ ਉਹਨੂੰ ਉਪ ਮੁੱਖ ਮੰਤਰੀ ਬਣਾ ਦਈਏ ਫਲਾਨਾ ਦੇ ਦਈਏ ਕਿ ਉਹ ਮੰਨਦਾ ਨਹੀਂ ਪਰ ਉਹਦੇ ਤੋਂ ਬਿਨਾ ਸੂਤ ਨਹੀਂ ਆਉਣਾ ਦੂਸਰੀ ਗੱਲ ਇਹਦੇ ਨਾਲ ਨਾਲ ਕਹਿੰਦੇ ਇਹ ਵੀ ਕਿਹਾ ਗਿਆ ਕਿ ਭਾਈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਮਸਲਾ ਉਹ ਕੈਪਟਨ ਸਾਹਿਬ ਤੇ ਰਹਿਣ ਦਈਏ ਮੁੱਖ ਮੰਤਰੀ ਨੇ ਪਰ ਇਹ ਵੀ ਕਹਿ ਦਿੱਤਾ ਗਿਆ ਕਿ ਬਹੁਤ ਸਾਰੇ ਵਿਧਾਇਕਾਂ ਦੀ ਸ਼ਿਕਾਇਤ ਹੈ ਕਿ ਉਹ ਮਿਲਦੇ ਘਟ ਹਲਕਿਆਂ 'ਚ ਘਟ ਆਏ ਆ ਗਰੰਟਾਂ ਦੇ ਵਿੱਚ ਅਸਾਮਾ ਪਾਣਾ ਹੈ ਕਿ ਸਾਰੇ ਹਲਕਿਆਂ ਦੇ ਵਿੱਚ ਠੀਕ ਤਰੀਕੇ ਪੈਸੇ ਨਹੀਂ ਗਏ ਹੁਣ ਜਦੋਂ ਇਹ ਸਾਰੀਆਂ ਗੱਲਾਂ ਉੱਥੇ ਚੱਲਦੀਆਂ ਤਾਂ ਜਿਹੜੀ ਤੁਸੀਂ ਪੋਸਟਰ ਵਾਰ ਦੀ ਗੱਲ ਕੀਤੀ ਹੈ ਸੰਦਾਲੀਆ ਸਾਹਿਬ ਸਭ ਤੋਂ ਵੱਧ ਪੋਸਟਰ ਲੱਗੇ ਪਤਾ ਕਿੱਥੇ ਆ ਜਿਨ੍ਹਾਂ ਥਾਵਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਇਕਾਂ ਨੇ ਵਿਰੋਧਤਾ ਕੀਤੀ ਹੈ ਪ੍ਰਗਟ ਸਿੰਘ ਦੇ ਹਲਕੇ 'ਚ ਜਲੰਧਰ ਕੈਂਟ ਦੇ ਵਿੱਚ ਪੋਸਟਰ ਲੱਗਦਾ ਹ ਹ ਕਿ ਸਾਡਾ ਸਾਂਝਾ ਨਾਰਾ ਕੈਪਟਨ ਦੁਬਾਰਾ ਲਵਾਉਂਦਾ ਕੌਣ ਹੈ ਉਹ ਲਵਾਉਂਦੇ ਆ ਇੰਪਰੂਵਮੈਂਟ ਟਰਸਟ ਕਰਤਾਰਪੁਰ ਦੇ ਪ੍ਰਧਾਨ ਰਾਣਾ ਰੰਦਾਵਾ ਰਜਿੰਦਰਪਾਲ ਸਿੰਘ ਰਾਣਾ ਰੰਦਾਵਾ ਹ ਯੂਥ ਲੀਡਰ ਨੇ ਕਾਂਗਰਸ ਦੇ ਕੈਪਟਨ ਸਾਹਿਬ ਦੇ ਪੱਕੇ ਬੰਦੇ ਆ ਉਹ ਪਹਿਲਾਂ ਵੀ ਜਲੰਧਰ ਕੈਂਟ ਤੋਂ ਟਿਕਟ ਮੰਗਦੇ ਰਹੇ ਉਹਨਾਂ ਨੇ ਹੁਣ ਦੇਖਿਆ ਹੁਣ ਅੱਛਾ ਪ੍ਰਗਟ ਸਿੰਘ ਖਿਲਾਫ ਬੋਲਦਾ ਹੀ ਆ ਮੌਕਈ ਕੈਪਟਨ ਸਾਹਿਬ ਦੀ ਫੋਟੋ ਲਵਾ ਕੇ ਉਹਦੇ ਹਲਕੇ ਦੇ ਵਿੱਚ ਬੋਟ ਲਾਉਣੇ ਆ ਕੀ ਪਤਾ ਹੁੰਦਾ ਜੇ ਕੈਪਟਨ ਸਾਹਿਬ ਦੀ ਨਜ਼ਰੀ ਪਾਇਆ ਗਿਆ ਭਲਕੇ ਨੂੰ ਟਿਕਟ ਦੀ ਗੱਲ ਬਣ ਜਾਏ ਏਦਾਂ ਹੀ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਵੋਟ ਲੱਗਦੇ ਆ ਤੇ ਲਵਾਉਂਦਾ ਕੌਣ ਹੈ ਕਰਮਜੀਤ ਸਿੰਘ ਰੈਂਟੂ ਉਹ ਕੌਣ ਨੇ ਅੰਮ੍ਰਿਤਸਰ ਦੇ ਮੇਅਰ ਉਹ ਮੇਅਰ ਜਿਨ੍ਹਾਂ ਦੀ ਜਦੋਂ ਤਾਜਪੋਸ਼ੀ ਹੋਣੀ ਸੀ ਤਾਂ ਉਸ ਸ਼ਹਿਰ ਦੇ ਇੱਕ ਹਲਕੇ ਦੇ ਐਮਐਲਏ ਹੁੰਦਿਆਂ ਵੀ ਨਵਜੋਤ ਸਿੰਘ ਸਿੱਧੂ ਪੁੱਜੇ ਨਹੀਂ ਸੀ ਤੇ ਰਿੰਟੂ ਸਾਹਿਬ ਕਹਿੰਦੇ ਦੇਖੋ ਜੀ ਗੱਲ ਇੱਥੇ ਤਾਂ ਕੋਈ ਨਹੀਂ ਹੈ ਮੇਰਾਂ ਸ਼ਹਿਰ ਦਾ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋਣੀ ਜ਼ਰੂਰੀ ਹੈ ਬੈਨਰ ਲੱਗੇ ਨੇ ਭਾਈ ਲੱਗੇ ਨੇ ਅਸੀਂ ਉਹਨਾਂ ਦੇ ਬੰਦੇ ਆ ਤੇ ਬੈਨਰ ਕਿਉਂ ਨਾ ਲੱਗਣਗੇ ਤੇ ਆਮ ਤੌਰ ਤੇ ਜਿਹੜਾ ਬੰਦਾ ਮੇਰ ਬਣਦਾ ਹੁੰਦਾ ਇੱਕ ਅੱਧੇ ਹਲਕੇ ਤੋਂ ਟਿਕਟ ਦਾ ਦਾਅਵਾ ਤਾਂ ਜ਼ਰੂਰ ਹੁੰਦਾ ਹਾਂ ਮਤਲਬ ਕੋਲ ਮਿਲਾ ਕੇ ਦੇਖੋ ਇਹਦੇ ਚ ਆਪਾਂ ਇੱਕ ਵਾਰ ਹੋਰ ਕਲੀਅਰ ਕਰਦੇ ਜਿੱਦਾਂ ਪਹਿਲਾਂ ਉਸ ਨੇ ਵੀ ਦੋਰੋਂ ਏ ਹੋ ਗਿਆ ਜੀ ਇਹਦੇ ਚ ਮੈਨੂੰ ਲੱਗਦਾ ਇਹ ਹੁੰਦਾ ਵੀ ਜਿਹੜੀ ਸਰਕਾਰੀ ਗੱਡੀ ਹੈ ਹੈਨਾ ਨਾਲ ਬੰਦੇ ਨੇ ਗਵਰਨਮੈਂਟ ਆ ਟੱਪਾ ਉਹ ਵੀ ਤੇ ਬੰਦਾ ਵੇਂਦਾ ਉਹ ਤੇਰਾ ਪਾਲ ਗੁਰੂ ਉਹ ਕਿਤੇ ਆ ਗੱਡੀ ਮੇਰੇ ਕੋਲ ਹੁੰਦੀ ਨਾ ਬੰਦੇ ਮਿਲੇ ਨੇ ਬੰਦੇ ਮਿਲੇ ਨੇ ਆ ਨਾ ਬਹਿ ਜਾ ਬਹਿ ਜਾ ਕਰਾਈ ਪਈ ਏ ਉਦੋਂ ਉੱਤੀ ਰਾਵਲਾ ਜੈ ਨੂੰ ਲੰਘੀ ਓਏ ਕਾਸ਼ ਕਿਤੇ ਆ ਟਿਕਟ ਮੇਰੇ ਕੋਲ ਹੁੰਦੀ ਕੁਰਸੀ ਮੇਰੇ ਕੋਲ ਹੁੰਦੀ ਅੱਜ ਨੂੰ ਐ ਸਕੂਟੀ 'ਚ ਐਸ ਗੱਡੀ 'ਚ ਮੈਂ ਹੁਣਾ ਉਹ ਬੰਦੇ ਹੈਗੇ ਹਰੀਕ ਪਾਰਟੀ 'ਚ ਸੋ ਇਸ ਕਰਕੇ ਅਗਲਾਂ ਨੂੰ ਲੱਗਦਾ ਵੀ ਭਾਈ ਸਾਹਿਬ ਜੇ ਉੱਥੋਂ ਹੁਣ ਉਹ ਉਹ ਕਹਾਵਤ ਨਹੀਂ ਆਏ ਜਾਂ ਮਹਾਵਰਾ ਕਹ ਲਓ ਵੀ ਸ਼ਰੀਕ ਮੋਇਆ ਤੇ ਵਿੜਾ ਮੋਕਲਾ ਹੋਇਆ ਉਹ ਗੱਲ ਹੈ ਵੀ ਸਿਆਸਤ ਦੇ ਵਿੱਚ ਹੈ ਤੇ ਸਾਰੇ ਇੱਕ ਦੂਜੇ ਦੇ ਸ਼ਰੀਕ ਹੀ ਨਾ ਵੀ ਇਹ ਇਹਨੂੰ ਕਿਤੇ ਲਾਂਬੇ ਕਰ ਦੋ ਕੱਲ ਨੂੰ ਦਾਵੇਦਾਰੀ ਮੇਰੀ ਨਹੀਂ ਇਦਾਂ ਹੀ ਆ ਸਤਿ ਜੀ ਪਰ ਇਹ ਇੱਕ ਗੱਲ ਬਾਕੀ ਆ ਇਹ ਸਾਰੇ ਕੋਸ਼ਚ ਆਪਾਂ ਵੀ ਇਥੇ ਗੱਲਾਂ ਕਰ ਕਰਕੇ ਲੋਕਾਂ ਨੂੰ ਸੁਣਾਈ ਜਾਂਦੇ ਤੇ ਲੋਕ ਵੀ ਆਪਣੇ ਰਕੇ ਸਕੂਲ ਮਲਾ ਕੇ ਇਹੀ ਕਹਿੰਦੇ ਵੀ ਕਰੀ ਜਾਓ ਉਹਨਾਂ ਦੇ ਭਲੇ ਵਾਲੀਏ ਚ ਕੋਈ ਗੱਲ ਨਹੀਂ ਗੀ ਗੱਲ ਪੱਕੀ ਨਹੀਂ ਲੋਕਾਂ ਦਾ ਮਸਲਾ ਤੇ ਵਿੱਚ ਵਿਚਾਰੇ ਨਹੀਂ ਜਾ ਰਿਹਾ ਲੋਕਾਂ ਦੇ ਮੁੱਦੇ ਦੀ ਤਾਂ ਗੱਲ ਹੋਈ ਨਹੀਂ ਲੋਕ ਭਾਲਦੇ ਆ ਜੋ ਕੁਛ ਤੁਸੀਂ ਇਹ ਦੇਖੋ ਕਿ ਇਸ ਵੇਲੇ ਪਟਿਆਲੇ ਜਿਹੜੇ ਅਧਿਆਪਕਾਂ ਦੇ ਬੇਰੁਜ਼ਗਾਰਾਂ ਦੇ ਕੁੱਟ ਪਈ ਆ ਜਾਂ ਮੁੰਡਾ ਟਾਵਰ ਦੇ ਉੱਤੇ ਚੜਿਆ ਜਾਂ ਬਾਕੀ ਵਕ ਵਕ ਥਾਵਾਂ ਦੇ ਉੱਤੇ ਐਜੀਟੇਸ਼ਨ ਚੱਲਦੀ ਆ ਸਫਾਈ ਕਰਮਚਾਰੀਆਂ ਨੂੰ ਕਿੰਨੇ ਦਿਨ ਹੋ ਗਏ ਉਹ ਕਹਿੰਦੇ ਜੀ ਰੁਪਈਆ 8000 ਮਿਲ ਘਰ ਦਾ ਗੁਜ਼ਾਰਾ ਚਲਾਈਏ ਕਿੱਦਾਂ? ਯਾਨੀ ਥਾਂ ਥਾਂ ਦੇ ਉੱਤੇ ਕੁਰਬਲ-ਕੁਰਬਲ ਹੁੰਦੀ ਪਈ ਐ। ਗੱਲ ਕਿਸੇ ਪਾਸੇ ਲੱਗਦੀ ਨਹੀਂ। ਲਾਇਸੈਂਸ ਰੀਨਿਊ ਹੋਣੇ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ। ਕਈਆਂ ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ। ਉਹ ਸਾਰਾ ਕੁਝ ਚਲਾਉਣਾ ਕਿੱਦਾਂ? ਅਸਾਮੀਆਂ ਭਰਨੀਆਂ ਕਿੱਥੇ ਕੋਈ ਨਹੀਂ ਸੁਣਦਾ। ਕੋਈ ਗੱਲੇ ਹੀ ਨਹੀਂ ਕਰਦਾ। ਬਸ ਨਾਰੇ ਲਦੇਣ ਲੱਗ ਪਏ ਕਿ ਭਾਈ ਅਸੀਂ ਦੁਬਾਰਾ ਆ ਜਾਣਾ। ਕੋਈ ਕਹਿੰਦੇ ਜੇ ਅਸੀਂ 5 ਸਾਲਾਂ ਬਾਅਦ ਦੁਬਾਰਾ ਆ ਜਾਣਾ। ਪਰ ਇਹ ਸਾਰੇ ਹਾਲਾਤ ਜਿਹੜੇ ਨੇ ਥੋੜੇ ਜਿਹਾ ਹੋਰ ਤਰੀਕੇ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਹੀ ਚ ਅਧਿਆਪਕਾਂ ਨੂੰ ਵਧਾਈ ਦੇਣ ਦੇ ਲਈ ਉਹ ਲਾਈਵ ਹੋਏ ਕਿ ਭਾਈ ਕਿਉਂਕਿ ਪੰਜਾਬ ਬਹੁਤ ਵੱਡੇ ਅੰਕਾਂ ਦੇ ਨਾਲ ਸਭ ਤੋਂ ਪਹਿਲਾਂ ਆਇਆ ਕਿ ਸਕੂਲਾਂ ਦੇ ਵਿੱਚ ਸਿੱਖਿਆ ਦੇ ਵਿੱਚ ਤਰੱਕੀ ਬੜੀ ਕੀਤੀ ਹੈ ਅੰਕੜਿਆਂ ਦੇ ਵਿੱਚ ਪੰਜਾਬ ਉੱਪਰ ਬੜਾ ਦੇਖੋ ਬਹੁਤ ਚੰਗੀ ਗੱਲ ਹੈ ਜੇ ਪੰਜਾਬ ਦਾ ਕਿਤੇ ਅਵਲ ਨੰਬਰ ਆਉਂਦਾ ਹੈ ਕਿ ਭਾਈ ਸਕੂਲੀ ਸਿੱਖਿਆ ਦੇ ਵਿੱਚ ਪੰਜਾਬ ਵਧੀਆ ਹੈ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਜੇ ਪ੍ਰੈਕਟੀਕਲੀ ਜ਼ਮੀਨੀ ਪੱਧਰ ਦੇ ਉੱਤੇ ਹੋਵੇ ਪਰ ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨੂੰ ਵਧਾਈ ਦੇਣ ਦੇ ਲਈ ਲਾਈਵ ਹੋਏ ਤੇ ਜਦੋਂ ਮੋਦੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਪੋਸਟ ਤੇ ਲਾਈਕ ਘੱਟ ਤੇ ਡਿਸਲਾਈਕ ਕਈ ਗੁਣਾ ਵੱਧ ਹੁੰਦੇ ਸੀ। ਉਹੀ ਹਾਲਾਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਹੋਏ। ਲਾਈਕ ਥੋੜੇ ਡਿਸਲਾਈਕ ਕਈ ਗੁਣਾ ਵੱਧ ਸੀ। ਕਿਉਂਕਿ ਸਮਾਜ ਦੇ ਕਈ ਵਰਗ ਨੇ ਜਿਨ੍ਹਾਂ ਦੇ ਕੋਲੇ ਪੜਾਉਣ ਦੀ ਯੋਗਤਾ ਹੈ, ਉਹ ਕਹਿੰਦੇ ਅਸੀਂ ਤਾਂ ਪਟਿਆਲੇ ਦੇ ਵਿੱਚ ਤੁਰੇ ਫਿਰਦੇ ਆਂ, ਧਰਨੇ ਲੱਗੇ ਆਂ, ਡਾਂਗਾ ਫਿਰਦੀਆਂ ਟਾਵਰ ਤੇ ਚੜ੍ਹੇ ਆਂ ਕੋ ਕਿਤੇ ਬੈਠਾ। ਕਿਸੇ ਨੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੇ ਘਰ ਦੇ ਮੂਹਰੇ ਜਾ ਕੇ ਧਰਨਾ ਲਾਇਆ, ਡਾਂਗ ਉੱਥੇ ਵੀ ਕਿਤੇ ਨਾ ਕਿਤੇ ਉਹਨਾਂ ਨੇ ਫਿਰ ਐਨ ਯੋਜਨਾਬੱਧ ਢੰਗ ਦੇ ਨਾਲ ਜਿੱਦਾਂ ਹੀ ਕੈਪਟਨ ਸਾਹਿਬ ਲਾਈ ਹੋਏ ਨਾਲ ਹੀ ਡਿਸਲਾਈਕ 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 ਤੱਕ ਚਿੱਠੀ ਘੁੰਮਦੀ ਹੈ। ਹਮਮ। ਚਿੱਠੀ ਪਤਾ ਕੀ ਘੁੰਮਦੀ ਹੈ? ਜੇ ਤਾਂ ਸਰਕਾਰੀ ਚਿੱਠੀ ਆ ਤਾਂ ਬਹੁਤ ਸਾਰਾ ਅਧਿਆਪਕ ਵਰਗ ਵੀ ਸਾਨੂੰ ਵੇਖਦਾ ਸੁਣਦਾ ਹੈ। ਐਨੇ ਬੱਚੇ ਪੰਜਾਬ ਸਰਕਾਰ ਦੇ ਆ ਆਲਾ ਜਿਹੜੇ ਅਧਿਕਾਰੀ ਨੇ ਮੰਤਰੀ ਸਾਹਿਬ ਨੇ ਉਹ ਲਾਈਵ ਹੋਣਗੇ। ਘੱਟੋ ਘੱਟ 10-10 ਲਾਈਕ, ਸ਼ੇਅਰ ਤੇ ਟਿੱਪਣੀਆਂ ਜਿਹੜੀਆਂ ਜ਼ਰੂਰ ਕਰਾਉਣੀਆਂ ਨੇ ਸਰਕਾਰੀ ਚਿੱਠੀ ਦੀ ਚਰਚਾ ਚੱਲਦੀ ਹੈ। ਹਮਮ। ਤੇ ਜੇ ਇਦਾਂ ਹੀ ਲਾਈਕ ਸ਼ੇਅਰ ਤੇ ਟਿੱਪਣੀਆਂ ਹੋਣੀਆਂ ਪਰ ਤਾਂ ਸੰਧਾ ਵਾਲਿਆਂ ਸਭ ਬੇਨਤੀ ਆਪਾਂ ਵੀ ਕਰ ਦਿੰਨੇ ਆ ਕਿ ਪੂਰਾ ਪੂਰਾ ਲਾਈਕ ਸ਼ੇਅਰ ਨਾ ਨਹੀਂ ਇਸ ਗੂਰੀ ਤੁਸੀਂ ਭੁੱਲ ਜਾਂਦੇ ਹੋ ਜੀ ਦੇਖੋ ਕਾਰਨ ਆ ਬੜਾ ਪਿਆਰ ਤੁਸੀਂ ਦਿੰਨੇ ਹੋ ਹਰ ਰੋਜ਼ ਮਤਲਬ ਇੰਨੀ ਵੱਡੀ ਗਿਣਤੀ ਦੇ ਵਿੱਚ ਦੇਖਿਆ ਜਾਂਦੇ ਆ ਖਾਸ ਕਰਕੇ ਜਿਹੜੇ ਸਾਡੇ ਸ਼ੋਜ਼ ਨੇ ਪਰ ਤੁਸੀਂ ਨਾ ਉਹ ਗੂਠਾ ਦਬਣਾ ਭੁੱਲ ਜਾਂਦੇ ਹੋ ਉਹ ਜ਼ਰੂਰ ਦਬਦਿਆ ਕਰੋ ਲਾਈਕ ਨਾਲ ਉਹਦੇ ਨਾਲ ਇਹ ਆ ਕਿ ਵੀ ਹੌਂਸਲਾ ਜੇ ਹੋ ਜਾਂਦਾ ਵੀ ਯਾਰ ਤੁਸੀਂ ਪਸੰਦ ਕਰਦੇ ਹੋ ਰੋਜ਼ ਜੋ ਅਸੀਂ ਇੱਥੇ ਆਪਣੇ ਨਾਲ ਕੋਸ਼ਿਸ਼ ਕਰੀਦੀ ਆ ਇਹਦੇ ਹੁੰਦਾ ਬਿਲਕੁਲ ਇਦਾਂ ਹੀ ਆ ਜੀ ਇਗਨਰਿੰਗ ਹੋਰ ਲੈ ਵੀ ਕੀ ਜਾਣਾ ਇੱਥੋਂ ਬਾਠ ਪਿਆਰ ਹੀ ਐ ਦੁਨੀਆਂ ਦੇ ਉੱਤੇ ਭੈਣ ਜੀ ਆ ਜਿਹੜਾ ਮਿਲ ਕੇ ਲੈਣਾ ਰੋਜ਼ ਆ ਦੋ ਬਾਤਾਂ ਕਰ ਲੈਣੀਆਂ ਇਹੀ ਗੱਲ ਹੋਈ ਕੁਝ ਵੀ ਹੈਗਾ ਲਿਆਈ ਦਾ ਮੜ ਜਾ ਮੁੰਡਾ ਸਾਗ ਮੰਗਦਾ ਸੀ ਕੌਲੀ ਚ ਪਾ ਦੀ ਮੈਂ ਗੱਲ ਹੀ ਆ ਆ ਮੁੜ ਕੇ ਨਾਲ ਹੀ ਭੁੱਕ ਬਾਤਾਂ ਪਾਉਣੀਆਂ ਸ਼ੁਰੂ ਅਜਾ ਨਹੀਂ ਇਹ ਗੱਲ ਆ ਕਿ ਇਨਸਾਨ ਨੇ ਜਿਹੜੀ ਯਾਰ ਦੂਜੀ ਜਿਹੜੀ ਮੁੱਖ ਗੱਲ ਉਹ ਤੁਸੀਂ ਭੁੱਲ ਗਏ ਨਹੀਂ ਭੁੱਲੇ ਪਤਾ ਨਹੀਂ ਕਿਉਂ ਤੁਸੀਂ ਨਾ ਮਤਲਬ ਸਰਕਾਰ ਦੀ ਹਰ ਵੇਲੇ ਬਦਨਾਮੀ ਕਰਦੇ ਹੋ ਕਿਉਂ ਨਹੀਂ ਮਤਲਬ ਸਾਡੀ ਤੁਸੀਂ ਗੱਲ ਕਰਦੇ ਨੇ ਕੈਪਟਨ ਸਾਹਿਬ ਨੇ ਚਿੱਠੀ ਲਿਖੀ ਤਾਂ ਹੈ ਨਹੀਂ ਨਹੀਂ ਚਿੱਠੀ ਕਿਉਂ ਲੇਗੀ ਮਤਲਬ ਜਿਹੜੀ ਦੇਖੋ ਆਈਡੀਆ ਕਿੱਡਾ ਵੱਡਾ ਉਹ ਕਹਿੰਦੇ ਵਿਦੇਸ਼ੀ ਭਾਸ਼ਾਵਾਂ ਸਿਖਾਉਣੀਆਂ ਸਕੂਲਾਂ ਦੇ ਵਿੱਚ ਹੁਣ ਬੱਚਿਆਂ ਨੂੰ ਮਤਲਬ ਤੁਸੀਂ ਇਹ ਦੇਖੋ ਵੀ ਨਿਆਣੇ ਨੂੰ ਪੰਜਾਬੀ ਆਵੇ ਨਾ ਆਵੇ ਅੜਾੜਾ ਕਿਦਾਂ ਲਿਖਣਾ ਆਵੇ ਨਾ ਆਵੇ ਗੰਗਾ ਕਿਦਾਂ ਪੋਣਾ ਆਵੇ ਨਾ ਆਵੇ ਉਹਨੂੰ ਫ੍ਰੈਂਚ ਸਿਖਾਓ ਉਹਨੂੰ ਇਟਾਲੀਅਨ ਸਿਖਾਓ ਉਹਨੂੰ ਕੋ ਹੋਰ ਕਸੂਤੀ ਜੀ ਭਾਸ਼ਾ ਸਿਖਾਓ ਕਹਿੰਦੇ ਉਹਦੇ ਨਾਲ ਵਿਦੇਸ਼ਾਂ ਦੇ ਵਿੱਚ ਉਹਨੂੰ ਨੌਕਰੀਆਂ ਲੈਣੀਆਂ ਆਪਣੇ ਕੰਮ ਕਰਨੇ ਸੌਖੇ ਹੋ ਜਾਣਗੇ ਇਹੋ ਇਹ ਇੱਕ ਗੱਲ ਮੇਰੇ ਪੜਦਿਆਂ ਪੜਦਿਆਂ ਖਬਰ ਦਿਮਾਗ ਚ ਆਈ ਸੀ ਕਿ ਇਹ ਗੱਲ ਪੱਕੀ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਮੰਨਦੇ ਆ ਵੀ ਸਾਡੇ ਕੋਲੇ ਨੌਕਰੀਆਂ ਨਹੀਂ ਭਰਾਵਾ ਨਿਕਲ ਜਿਓ ਤੋ ਇਦਾਂ ਹੀ ਨਹੀਂ ਨਹੀਂ ਉਹ ਤਾਂ ਘਰ ਘਰ ਨੌਕਰੀਆਂ ਨੇ ਘਰੋਂ ਬਾਹਰ ਨੌਕਰੀ ਵੀ ਆ ਇੱਕ ਦੋ ਪ੍ਰੋਜੈਕਟ ਚੱਲਨੇ ਆ ਅੱਛਾ ਇੱਕ ਘਰ ਘਰ ਨੌਕਰੀ ਸਾਰਿਆਂ ਨੂੰ ਹੁਣ ਘਰੋਂ ਬਾਹਰ ਹੋ ਗਈ ਇਹ ਵੀ ਠੀਕ ਹੈ ਨਾ ਕਿਉਂਕਿ ਅਗਲ ਅਗਲੀ ਵਾਰ ਇਲੈਕਸ਼ਨ ਪਾ ਹੈਗੀ ਆ ਹਾਂ ਉਦੋਂ ਘਰ ਘਰ ਨੌਕਰੀ ਸਿਆਦ ਕੀ ਘਰੋਂ ਬਾਹਰ ਨੌਕਰੀ ਕਿ ਜੇ ਤੁਸੀਂ 40 50 60000 ਰੁਪਏ ਮਹੀਨੇ ਦੇ ਉੱਤੇ ਨੌਕਰੀ ਕਰਦੇ 16 ਲੱਖ ਰੁਪਏ ਦਿੱਤੀ ਨਾ ਮੇਰਾ ਖਿਆਲ ਹੈ 16 ਲੱਖ ਬੰਦਾ ਜਿਹੜਾ ਫੈਡ ਅਪ ਹੋ ਗਿਆ ਕਿ ਆਹ ਕੀ ਗੱਲ ਹੋਈ ਮੈਂ ਰੋਜ਼ ਸਵੇਰੇ ਪੰਜ ਕਮਰਿਆਂ ਦੇ ਘਰ ਦੇ ਵਿੱਚੋਂ ਉੱਠਦਾ ਏਸੀ ਬੰਦ ਕਰਦਾ ਅਟੈਚ ਵਾਸ਼ਰੂਮ ਦੇ ਵਿੱਚ ਨਹਾਉਣਾ ਕੋਟ ਪੈਂਟ ਪਾਉਣਾ ਕਾਰ ਸਟਾਰਟ ਕਰਦਾ ਜਾ ਕੇ ਨੌਕਰੀ ਤੇ ਜਾਣਾ ਤੇ ਨੌਕਰੀ ਕਰਕੇ ਵਾਪਸ ਆ ਜਾਣਾ ਕੋਈ ਚੇਂਜ ਹੀ ਨਹੀਂ ਹੈ ਜ਼ਿੰਦਗੀ 'ਚ ਫਿਰ ਉਹ ਕਹਿੰਦੇ ਤੁਸੀਂ ਵਿਦੇਸ਼ੀ ਪਾਸ਼ਾ ਸਿੱਖੋ ਬਾਹਰ ਜਾਓ ਉੱਥੇ ਜਾ ਕੇ ਛੋਟੀ ਮੋਟੀ ਕੋ ਨੌਕਰੀ ਕਰ ਲਓ ਹਾਂ ਮਤਲਬ ਜੇ ਤੁਹਾਨੂੰ ਲੱਗੇ ਤੇ ਉਧਰ ਜਾ ਕੇ ਕੋਈ ਕਾਰਪੈਂਟਰੀ ਕਰ ਲਓ ਕੋਈ ਡਰਾਈਵਰੀ ਕਰ ਲਓ ਹੈਨਾ ਬਹੁਤ ਜ਼ਰੂਰੀ ਹੈ ਹਾਂ ਅچھے ਪੈਸੇ ਨੇ ਉਹਦੇ ਵਿੱਚ ਤੇ ਮਤਲਬ ਇਧਰ ਤੇ ਮਤਲਬ ਜੇ ਕਿਸੇ ਨੇ ਘਰ ਘਰ ਨੌਕਰੀ ਲੈਣੀ ਹੈ ਉਹ ਇਸ ਤਰ੍ਹਾਂ ਦੀ ਮਿਲਣੀ ਹੈ ਘਰੋਂ ਬਾਹਰ ਲੈਣੀ ਹੈ ਘਰੋਂ ਬਾਹਰ ਲੈਣੀ ਹੈ ਤੇ ਫਿਰ ਉਹਨਾਂ ਨੂੰ ਭਾਸ਼ਾ ਸਿਖਾ ਦੇਣੀ ਹੈ ਫੋਟਾ ਇੱਕ ਵਾਰੀ ਫੇਰ ਪਾ ਦਿਓ ਮੈਂ ਸੋਚਦਾ ਸੀ ਸੰਧਾਲੀਆ ਸਾਹਿਬ ਮੈਂ ਇਹ ਸੋਚਦਾ ਸੀ ਕਿ ਜੇ ਫ੍ਰੈਂਚ ਸਿਖਾਉਣੀ ਹੈ ਜਰਮਨ ਭਾਸ਼ਾ ਸਿਖਾਉਣੀ ਹੈ ਫ੍ਰੈਂਚ ਭਾਸ਼ਾ ਵੀ ਨਾਲ ਪੂਰੀ ਬੋਲਣੀ ਹੈ ਹਾਂਜੀ ਹਾਂਜੀ ਜੇ ਇਟਾਲੀਅਨ ਸਿਖਾਉਣੀ ਹੈ ਕੋਈ ਵੀ ਭਾਸ਼ਾ ਸਿਖਾਉਣੀ ਹੈ ਉਹਦੇ ਲਈ ਤਾਂ ਅਧਿਆਪਕ ਭਰਤੀ ਕਰਨੇ ਪੈਣੇ ਆ ਅਧਿਆਪਕ ਭਰਤੀ ਕਰਨੇ ਪੈਣੇ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਪੈਣੀ ਹੈ ਫਿਰ ਉਹਨਾਂ ਨੂੰ ਮੁੜ ਕੇ ਫਿਰ ਬੈਂਚ ਵੀ ਚਾਹੀਦਾ ਫਿਰ ਪੱਖਾ ਵੀ ਚਾਹੀਦਾ ਫਿਰ ਉਹਨਾਂ ਦੇ ਲਈ ਬਿਜਲੀ ਵੀ ਚਾਹੀਦੀ ਹੈ ਫਿਰ ਤਾਂ ਬਹੁਤ ਕੁਝ ਚਾਹੀਦਾ ਜੇ ਤਾਂ ਪਹਿਲਾਂ ਸਾਰੀਆਂ ਪਛਾਵਾਂ ਦੇ ਲਈ ਜੇ ਤਾਂ ਪੰਜਾਬੀ ਵਾਲੇ ਅਧਿਆਪਕ ਸਾਰੇ ਪੂਰੇ ਰੱਖ ਲਏ ਆ ਜੇ ਤਾਂ ਲਾਇਬ੍ਰੇਰੀਅਨ ਰੱਖ ਲਏ ਆ ਜੇ ਤਾਂ ਸਾਰਾ ਕੁਝ ਠੀਕ ਤਰੀਕੇ ਅੰਕੜਿਆਂ ਤੋਂ ਬਿਨਾ ਚੱਲ ਗਿਆ ਫਿਰ ਤਾਂ ਆਪਾਂ ਮੰਨ ਲੈਨੇ ਆ ਵੈਸੇ ਮੈਨੂੰ ਚੇਤਾ ਆਉਂਦਾ ਦੂਕ ਸਾਲ ਪਹਿਲਾਂ ਵੀ ਕੈਪਟਨ ਸਾਹਿਬ ਨੇ ਕਰੀ ਕਿਹਾ ਸੀ ਕਿ ਭਾਈ ਅਸੀਂ ਸਕੂਲਾਂ ਦੇ ਵਿੱਚ ਆਹ ਭਾਸ਼ਾ ਜਿਹੜੀ ਹੋਰ ਜ਼ਰੂਰ ਪੜਾਵਾਂਗੇ ਕਿੰਨਿਆਂ ਕ ਸਕੂਲਾਂ ਚ ਸ਼ੁਰੂ ਹੋਈ ਹੈ ਮੈਨੂੰ ਨਹੀਂ ਪਤਾ ਇੱਕ ਵਾਰੀ ਉਹਨਾਂ ਨੇ ਵੀ ਕਿਹਾ ਸੀ ਕਿ ਭਾਈ ਆਇਲਸ ਦੀ ਕੋਚਿੰਗ ਜਿਹੜੀ ਆ ਉਹ ਸਰਕਾਰੀ ਸਕੂਲਾਂ 'ਚ ਦਿਆ ਕਰਾਂਗੇ ਕਿੰਨਿਆਂ ਕਨੇ ਉੱਥੋਂ ਕੋਚਿੰਗ ਲਈ ਆ ਮੈਨੂੰ ਨਹੀਂ ਪਤਾ ਪਰ ਕਿਹਾ ਸੀ ਉਹਨਾਂ ਨੇ ਪਰ ਨਹੀਂ ਇੱਕ ਗੱਲ ਹੈ WhatsApp ਥੋੜਾ ਜਿਆ ਸੀਰੀਅਸ ਹੋ ਕੇ ਸੋਚਣ ਦੇ ਲੋੜ ਹੈ ਯਾਰ ਇਹਦੇ ਤੋਂ ਇੱਕ ਇਸ਼ਾਰਾ ਤਾਂ ਮਿਲਦਾ ਹੈ ਵੀ ਲੀਡਰ ਵੀ ਹੱਥ ਕੜੇ ਕਰੀ ਵਰਦੇ ਆ ਉਹ ਜਿੰਨਾ ਕ 5 ਕੁ ਮਿੰਟ ਕਿਤੇ ਲੋਕਾਂ ਦੇ ਲਈ ਸੋਚਣ ਦੇ ਲਈ ਟਾਈਮ ਮਿਲਦਾ ਹੈ ਮੈਂ ਅੱਗੇ ਬੜੀ ਬਾਰ ਇਹ ਗੱਲ ਕਹਿ ਚੁੱਕਾ ਐਂ ਮੈਂ ਦਾਅਵੇ ਨਾ ਕਹਿਣਾ ਵੀ ਗੱਲ ਕਲੀਅਰ ਹੈ ਕਿਸੇ ਲੀਡਰ ਕੋਲੇ ਲੋਕਾਂ ਦੀ ਸੋਚਣ ਲਈ ਟਾਈਮ ਨਹੀਂ ਹੈਗਾ 24 ਘੰਟੇ ਬੰਦੇ ਕੋਲੇ ਹੁੰਦੇ 24 ਘੰਟੇ ਆਮ ਬੰਦੇ ਕੋਲੇ ਹੁਣ ਜਿਹੜੇ ਬੰਦੇ ਨੇ ਪੈਸਾ ਛਾਪਣਾ ਜਿਹੜੇ ਬੰਦੇ ਨੇ 5 ਸਾਲ ਦੇ ਲਈ ਪਲੈਨਿੰਗ ਕਰਨੀ ਆ ਹਰ ਰੋਜ਼ ਹੌਸ ਤੇ ਆਪੇ ਫੁਲਾਣੇ ਦਾ ਫੋਨ ਆ ਗਿਆ ਢੀਂਗੜੇ ਨਾਲ ਪਾਰਟੀ ਕਰਨੀਆਂ ਉਹਦੀ ਲਤ ਖਿੱਚਣੀਆਂ ਉਹਦੀ ਲਤ ਤੋਂ ਬਚਣਾ ਹੀ ਹੋ ਇੰਨੀਆਂ ਸਾਰੀਆਂ ਉਲਝਣਾਂ ਦੇ ਵਿੱਚ 5 ਕਿ ਮਿੰਟ ਜੇ ਕਿਤੇ ਲੋਕਾਂ ਦੇ ਲਈ ਨਿਕਲਦੇ ਹੋਣਗੇ ਤੇ ਉਹ ਵੀ ਤੇ ਇਦਾਂ ਨਿਕਲਦੇ ਹੋਣੇ ਵੀ ਲਾਗੇ ਕੇ ਬੈਠੇ ਨੇ ਗੱਲ ਕਰਦੀ ਲੋਕਾਂ ਨਾਲ ਹੀ ਆਪਣੇ ਬਾਹਰ ਹੀ ਤੁਰੇ ਜਾਂਦੇ ਜੀ ਹਰੇਕ ਕਹਿੰਦਾ ਵੀ ਨਿਆਣਾ ਬਾਹਰ ਘਲਾ ਦਿਓ ਇੱਥੇ ਕੁ ਇਹਨਾਂ ਨੂੰ ਕੋਸੀ ਤਾਂ ਵਾਇਰਸ ਕਰਾ ਦਾਂਗੇ ਇਦਾਂ ਲੈ ਲਓ ਨਹੀਂ 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 ਹੋਰ ਸਲਾਹ ਦਿਓ ਸਰ ਆਇਰਸ ਤਾਂ ਹਰ ਕੋ ਕਰੀ ਕਰੀ ਜਾਂਦਾ ਫਿਰ ਫ੍ਰੈਂਚ ਕਰਾ ਦਾਂਗੇ ਇਟਾਲੀਅਨ ਕਰਾ ਦਾਂਗੇ ਯਾਰ ਇਹੋ ਕੁਝ ਕਰਾ ਲਓ ਮਤਲਬ ਇਥੋਂ ਹੀ ਗੱਲ ਇਹ ਗੱਲ ਕਲੀਅਰ ਹੈ ਕਿ ਜਿਹੜੇ ਕੋਈ ਥਿੰਕ ਟੈਂਕ ਸੋ ਕਾਲਡ ਉਹਨਾਂ ਨੇ ਰੱਖੇ ਹੋਣਗੇ ਜਿਹੜੇ ਵੀ ਬੰਦੇ ਨੇ ਤਨਖਾਹਾਂ ਲੈਂਦੀਆਂ ਮੋਟੀਆਂ ਉਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈਗਾ ਵੀ ਪੰਜਾਬ ਨੂੰ ਪੈਰਾਂ ਸਿਰ ਕਿਵੇਂ ਕਰਨਾ ਜਿਹੜੇ ਲੋਕ ਇੱਥੇ ਨੇ ਉਹਨਾਂ ਨੂੰ ਇੱਥੇ ਕਿਵੇਂ ਰੱਖਣਾ ਇਸ ਸਟੇਟ ਨੂੰ ਕਿਵੇਂ ਬਚਾਉਣਾ ਜੇ ਇਹੋ ਕੋ ਹੀ ਚੱਲਦਾ ਰਿਹਾ ਤਾਂ ਇਹ ਤੋਂ 20-30 ਸਾਲ ਬਾਅਦ ਇਹਦਾ ਮਤਲਬ ਇਹ ਹੋ ਗਿਆ ਵੀ ਪੰਜਾਬ ਦੀ ਹੋਂਦ ਨੂੰ ਨਹੀਂ ਵੇਖਦੇ ਹੂੰ ਹੂੰ ਫਿਰ ਇਹੋ ਹੀ ਹੋਇਆ ਤੇ ਨਹੀਂ ਹੋਂਦ ਨੂੰ ਬਹੁਤ ਚੰਗੇ ਤਰੀਕੇ ਦੇਖਦੇ ਆ ਦੇਖੋ ਉਹਨਾਂ ਦੇ ਥਿੰਕ ਟੈਂਕ ਬਹੁਤ ਵਧੀਆ ਪਿਛਲੇ ਦਿਨਾਂ ਦੇ ਵਿੱਚ ਉਹ ਗਰਾਹਾਂ ਜੱਥੇਬੰਦੀ ਨੇ ਪਟਿਆਲੇ ਧਰਨਾ ਲਾ ਦਿੱਤਾ ਸੀ ਤਾਂ ਕੈਪਟਨ ਸਾਹਿਬ ਦਾ ਨਾਲ ਹੀ ਬਿਆਨ ਆ ਗਿਆ ਮੈਂ ਕੇਂਦਰ ਸਰਕਾਰ ਨੂੰ ਫਿਰ ਕਹਿਲਾਂ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰੋ ਕਿਸਾਨਾਂ ਦੀਆਂ ਮੰਗਾਂ ਮੰਨੋ ਅਸੀਂ ਕਿਸਾਨਾਂ ਦੇ ਨਾਲ ਖਲੋਤੇ ਆ ਉਹਨਾਂ ਨੇ ਦੇਖਿਆ ਹੋਣਾ ਕਿ ਬੀਬੀ ਮਮਤਾ ਬੇਨਰਜੀ ਜੇ ਕਿਸਾਨਾਂ ਦਾ ਸਾਥ ਲੈ ਕੇ ਸਾਰੇ ਦੇਸ਼ ਦੇ ਵਿੱਚ ਛਾਣ ਨੂੰ ਫਿਰਦੀ ਆ ਮੈਂ ਪੰਜਾਬ 'ਚ ਨਹੀਂ ਛਾ ਸਕਦਾ ਪੰਜਾਬ ਦੇ ਵਿੱਚ ਉਹ ਤਾਂ ਅੰਦੋਲਨ ਸ਼ੁਰੂ ਹੋਇਆ ਨਾਲ ਦੀ ਨਾਲ ਇੱਕ ਚਿੱਠੀ ਹੋਰ ਲਿਖ ਦਿੱਤੀ ਉਹ ਕਹਿੰਦੇ ਜੀ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਛੇਤੀ ਤੋਂ ਛੇਤੀ ਦਿਓ ਆਪਣੇ ਹਿੱਸੇ ਦੇ ਪੈਸੇ ਦੇ ਦਿਓ ਸਾਡੇ ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਆ ਤੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਮੰਤਰੀ ਸਾਹਿਬ ਦਾ ਚੇਤਾ ਆ ਜਾਂਦਾ ਹੁਣਾ ਵੈਸੇ ਗੱਲ ਹੀ ਕਰਦੇ ਆ ਯਾਨੀ ਕਿ ਹੁਣ ਤੁਸੀਂ ਇਹ ਦੇਖੋ ਕਿ ਸਿਆਸਤ ਕਿੱਧਰ ਨੂੰ ਜਾਂਦੀ ਹੈ ਨਹੀਂ ਨਹੀਂ ਮੰਤਰੀ ਸਾਹਿਬ ਦਾ ਚੇਤਾ ਆਇਆ ਨਾ ਹੋਵੇ ਆਇਆ ਨਾ ਹੋਵੇ ਮੰਤਰੀ ਸਾਹਿਬ ਦਾ ਫੋਨ ਕੈਪਟਨ ਸਾਹਿਬ ਨੂੰ ਜਰੂਰ ਆ ਜਾਣਾ ਵੀ ਥੋੜਾ ਬਚ ਕੇ ਜੀ ਸਰ ਮੇਰੇ ਕੋਲੋਂ ਗਲਤੀ ਹੋ ਗਈ ਕੋਈ ਮੈਂ ਕੀ ਗਲਤੀ ਤੁਸੀਂ ਉਹ ਫੇਰ ਪੋਸਟ ਮੈਟ੍ਰਿਕ ਕੁਝ ਗੱਲ ਜੀ ਕੀਤੀ ਮਸਾਂ ਤਾਂ ਲੋਕ ਭੁੱਲੇ ਸੀ ਹਾਂ ਇਹ ਤੁਸੀਂ ਦੁਬਾਰਾ ਸ਼ੁਰੂ ਕਰ ਲਈਏ ਉਹ ਕੋਈ ਨਹੀਂ ਯਾਰ ਦੋਕ ਦਿਨ ਅਖਬਾਰ ਚੀ ਲਵਾਉਣਾ ਕੁਝ ਕਿਹਾ ਥੋੜਾ ਦਿਨ ਹੋਣ ਥੋੜਾ ਦਿੱਤਾ ਕੁਝ ਦਿਨੋਂ ਕਿਉਂ ਐਵੇਂ ਇਦਾਂ ਦਿਲ ਛੱਡੀ ਜਾਣਾ ਐਵੇਂ ਨਹੀਂ ਛੱਡੀ ਤਾਂ ਖੜਲੇ ਆ ਤੇਰੇ ਨਾਲ ਹਾਂ ਖਿਆਲ ਰੱਖਿਓ ਤੁਸੀਂ ਮਾਈ ਬਾਪ ਜੀ ਸੰਧਾਲਿਆ ਸਭ ਮੈਂ ਸੋਚਦਾ ਸੀ ਕਿ ਸਿਆਸਤਦਾਨਾਂ ਦੇ ਕੋਲੇ ਸੱਚੀ ਥਿੰਕ ਟੈਂਕ ਬਹੁਤ ਨਹੀਂ ਜਦੋਂ ਭਾਜਪਾ ਨੇ ਆਖਿਆ ਸੀ ਨਾ ਕਿ ਅਸੀਂ ਐਸਸੀ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਾਵਾਂਗੇ ਬਾਅਦ ਵਿੱਚ ਕਈਆਂ ਨੇ ਥੋੜੀ ਪਛਾਣ ਵੀ ਪੈਰ ਖਿੱਚ ਲੈ ਉਦੇ ਤੋਂ ਬਾਅਦ ਇੱਕਦਮ ਉਸ ਭਾਈਚਾਰੇ ਦੇ ਉੱਤੇ ਰਾਜਨੀਤੀ ਫੋਕਸ ਹੋ ਗਈ ਹੁਣ ਕੈਪਟਨ ਸਾਹਿਬ ਨੇ ਵੀ ਚਿੱਠੀ ਕੇਂਦਰ ਨੂੰ ਲਿਖ ਦਿੱਤੀ ਕਿ ਭਾਈ ਸਾਡੇ ਉਹਨਾਂ ਬੱਚਿਆਂ ਦਾ ਵਜੀਫਾ ਕਿਉਂ ਨਹੀਂ ਆ ਰਿਹਾ ਹਾਲਾਂਕਿ ਇਹ ਚਿੱਠੀ ਬਹੁਤ ਪਹਿਲਾਂ ਵੀ ਲਿਖੀ ਜਾ ਸਕਦੀ ਸੀ ਹਾਲਾਂਕਿ ਕਈ ਵਾਰ ਦਿੱਲੀ ਜਾ ਕੇ ਬਫਦ ਲੈ ਕੇ ਵੀ ਮਿਲਿਆ ਜਾ ਸਕਦਾ ਚਲੋ ਕੋਈ ਨਹੀਂ ਇਹਦੇ ਤੋਂ ਇਲਾਵਾ ਤੁਸੀਂ ਹੋਰ ਦੇਖੋ ਕਿ ਕਾਂਗਰਸ ਪਾਰਟੀ ਦੇ ਅੰਦਰ ਡਿਪਟੀ ਸੀਐਮ ਦਾ ਉਹਦਾ ਉਸ ਭਾਈਚਾਰੇ ਦੇ ਕਿਸੇ ਵਿਧਾਇਕ ਨੂੰ ਮਿਲਣ ਦੀ ਚਰਚਾ ਚੱਲਦੀ ਹੈ ਇਹਦੇ ਤੋਂ ਬਿਨਾ ਆਮ ਆਦਮੀ ਪਾਰਟੀ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਜਿਦੇ ਵਿੱਚ ਐਡਵੋਕੇਟ ਹਰਪਾਲ ਸਿੰਘ ਚੀਮਾ ਜਿਹੜੇ ਕਿ ਇੱਕ ਅਫੀਸ਼ੀਅਲ ਵਿਰੋਧੀ ਧਰਦੇ ਨੇਤਾ ਵੀ ਹੈ ਉਹ ਵੀ ਕਹਿੰਦੇ ਕਹਿੰਦੇ ਪਰਚਾ ਦਰਜ ਕਰੋ ਇੱਕ ਕਰੋ ਪੰਜਾਬ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਦੇ ਉੱਤੇ ਦੂਸਰਾ ਪਰਚਾ ਦਰਜ ਕਰੋ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਦੇ ਉੱਤੇ ਕਿਉਂਕਿ ਇਹਨਾਂ ਦੀ ਅਣਗਹਿਲੀ ਦੇ ਨਾਲ ਇਹਨਾਂ ਦੀ ਘਾਟ ਦੇ ਨਾਲ ਇਹਨਾਂ ਦੀ ਕਮਜ਼ੋਰੀ ਦੇ ਨਾਲ ਸਾਡੇ ਉਹਨਾਂ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਮਿਲੇ ਇਹਨਾਂ ਦੀ ਗਲਤੀ ਆ ਸਾਰੀ ਇਹਨਾਂ ਨੂੰ ਬਰਖਾਸਤ ਕਰੋ ਪਰਚੇ ਉਨ ਕਾਨੂੰਨੀ ਕਾਰਵਾਈ ਹੋਵੇ ਆਮ ਆਦਮੀ ਪਾਰਟੀ ਵੀ ਲਾਪਈ ਭਾਜਪਾ ਵੀ ਲਾਪਈ ਕਾਂਗਰਸ ਵੀ ਲ ਅਕਾਲੀ ਦਲ ਵਾਲੇ ਤਾਂ ਫਿਰ ਲੱਗਣੀ ਆ ਭਾਈ ਉਹ ਤਾਂ ਕਹਿੰਦੇ ਗੱਠਜੋੜ ਵੀ ਸ਼ਦ ਹੋ ਜਾਏ ਨਹੀਂ ਨਹੀਂ ਉਹ ਤਾਂ ਕਹਿੰਦੇ ਸਾਡੀ ਤਿਆਰੀ ਹੈ ਪੂਰੀ ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਗੱਠਜੋੜ ਜਿੰਨਾ ਨਾ ਹੈਗਾ ਉਹਨਾਂ ਦਾ ਬਿਆਨ ਕੋਈ ਨਹੀਂ ਆਉਂਦਾ ਇਧਰੋਂ ਵਾਰੀ ਵਾਰੀ ਬਿਆਨ ਆਉਂਦੇ ਕਦੀ ਸੁਖਵੀਰ ਸਿੰਘ ਵੱਲ ਸਾਹਿਬ ਬਿਆਨ ਦੇ ਦਿੰਦੇ ਆ ਕਦੀ ਚੀਮਾ ਸਾਹਿਬ ਬਿਆਨ ਦੇ ਦਿੰਦੇ ਆ ਕਦੀ ਮਨੂਕਾ ਸਾਹਿਬ ਕੋਲੋਂ ਕਹਾਉਂਦੇ ਆ ਹੁਣ ਇੱਕ ਅੱਧੇ ਕਿਸੇ ਹੋਰ ਬੰਦੇ ਕੋਲੋਂ ਕਹਾ ਦੇਣਗੇ ਨਹੀਂ ਨਹੀਂ ਉਹ ਤੇ ਗੱਲ ਨਿਬੜ ਗਈ ਬਸ ਪਾਣ ਵਾਲਾ ਆਪਣੀ ਤੇ ਉਹ ਫਿਰ ਛੇਤੀ ਹੁਣ ਉਹਨਾਂ ਨਾਲ ਆਪਾਂ ਗੱਲ ਕਰ ਲੈਣੀ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਇਹ ਅਕਾਲੀ ਦਲ ਦੇ ਮਿਹਰਬਾਨੀ ਕਰਕੇ ਹਿੰਦੀ ਭਾਸ਼ਾ ਦੇ ਵਿੱਚ ਸਾਫ਼-ਸਾਫ਼ ਸਪਸ਼ਟ-ਸਪਸ਼ਟ ਨਾਮ ਪਲੱਸ ਉਹਨਾਂ ਦਾ ਪ੍ਰੋਨਨਸੀਏਸ਼ਨ ਕਿਦਾਂ ਬੋਲਣੇ ਕਿਦਾਂ ਉਹ ਉਹ ਲਿਖ ਕੇ ਯੂਪੀ ਜ਼ਰੂਰ ਭੇਜ ਦਿਓ ਮਾਇਆਬਦੀ ਉਹਨਾਂ ਨੂੰ ਇਹ ਨਾ ਕੱਲ ਨੂੰ ਕਿਤੇ ਅਕਾਲੀ ਦਲ ਵੀ ਰੈਲੀ ਕਰੇ ਤੇ ਉਹ ਬੀਬੀ ਪੜਦੀ ਹੁੰਦੀ ਮੁੜ ਕੇ ਜੱਥੇਦਾਰ ਸੂਖ ਬੀਰ ਬਾਦ ਦਲ ਨਾ ਹੈ ਨਾ ਖੈਰਾ ਸਾਹਿਬ ਦਾ ਨਾਮ ਵੀ ਲਿਆ ਆ ਉਹ ਜੇ ਨਹੀਂ ਚੇਤਾ ਤੇ ਉਹ ਵਿਚਾਰੇ ਬੈਸ ਹੋ ਰਹੇ ਨੂੰ ਜਾਂ ਖੈਰਾ ਸਾਹਿਬ ਨੂੰ ਪੁੱਛ ਲਿਓ ਵੀ ਉਹਨਾਂ ਜਦੋਂ ਗੱਟ ਚੋੜ ਕੀਤਾ ਹੈ ਉਹਨਾਂ ਜਰਾਂ ਦਾ ਕਿਦਾਂ ਨਾਮ ਲਿਆ ਸੀ ਇਹ ਗੱਲ ਉਹ ਸੋਈ ਦੇ ਜ਼ਰੂਰ ਹੋਣੇ ਉਹਨਾਂ ਖੈਰਾ ਸਾਹਿਬ ਨੂੰ ਧਰਮੀ ਗੱਲ ਚੇਤਾ ਆਏ ਨਾ ਇੱਕ ਰੰਕ ਕਚੀ ਚੀਜ਼ ਜ਼ਰੂਰ ਆਉਂਦੀ ਹਣੀ ਯਾਰ ਕੀ ਕਰ ਲਿਆ ਸੀ ਉਦੋਂ ਹੈ ਨਾ ਚਲੋ ਗੱਲ ਸੰਧਾਲੀਆ ਸਭਾ ਸਾਹਿਬਾ ਨੇ ਵੈਸੇ ਇੱਕ ਸਟੇਟਮੈਂਟ ਦਿੱਤੀ ਤੁਸੀਂ ਉਹਦਾ ਜ਼ਿਕਰ ਨਹੀਂ ਕੀਤਾ ਦੱਸੋ ਉਹ ਕਹਿੰਦੇ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਅਸੀਂ ਕਰ ਰਹੇ ਹਾਂ ਠੀਕ ਛੇਤੀ ਅਸੀਂ ਕਰ ਲੈਣਾ ਕੁਈ ਗੱਲ ਨਹੀਂ ਸੀ ਹੁਣ ਵਿਕਾਸ ਕਰਨੇ ਨਹੀਂ ਨਹੀਂ ਉਹ ਚਲੇ ਗਏ ਨੇ ਕਰ ਲੈਣਗੇ ਠੀਕ ਹੁਣ ਸੰਧਾਲੀਆਂ ਸਭ ਉਹਦੇ ਤੋਂ ਬਾਅਦ ਆਪਾਂ ਕਿਸਾਨਾਂ ਦੇ ਮੁੱਦੇ ਤੇ ਜਾਣਾ ਭਾਈ ਬਲਜੀਤ ਸਿੰਘ ਦਾਦੂ ਵਾਲ ਹੋਰਾਂ ਦਾ ਬਿਆਨ ਆਇਆ ਜਥੇਦਾਰ ਕਹੋ ਯਾਰ ਨਹੀਂ ਨਹੀਂ ਉਹ ਜਥੇਦਾਰੀ ਸ਼ਾਇਦ ਉਹਨਾਂ ਨੇ ਛੱਡ ਦਿੱਤੀ ਹੈ ਹੁਣ ਇਹ ਕਦੋਂ ਛੱਡੀ ਹੈ ਉਹ ਹੋ ਜਾਂਦਾ ਹੁੰਦਾ ਕਿਉਂਕਿ ਦੂਜੇ ਪਾਸੇ ਉਹ ਪ੍ਰਧਾਨਗੀ ਨਹੀਂ ਮਿਲ ਗਈ ਸੀ ਹਰਿਆਣਾ ਕਮੇਟੀ ਦੀ ਹਾਂ ਉਹ ਅੱਛਾ ਇਸ ਕਰਕੇ ਦੇਖੋ ਤੁਸੀਂ ਰਾਜਨੀਤਿਕ ਬੰਦੇ ਹੋ ਸਿਆਸੀ ਮਾਮਲਿਆਂ 'ਚ ਦਖਲ ਨਾ ਤੇ ਉਧਰ ਧਾਰਮਿਕ ਮਾਮਲਿਆਂ 'ਚ ਦਖਲ ਨਾ ਦਿਆ ਕਰੋ ਨਹੀਂ ਨਹੀਂ ਪਰ ਬਾਬਾ ਬਲਜੀਤ ਸਿੰਘ ਦਾਦੂਵਾਲ ਉਹ ਧਾਰਮਿਕ ਪੁਰਸ਼ ਨੇ ਮਤਲਬ ਉਹ ਸਿਰਫ ਧਾਰਮਿਕ ਮਾਮਲਿਆਂ 'ਚ ਰਹਿੰਦੇ ਇਹ ਨਹੀਂ ਗੱਲ ਹੈਗੀ ਤੁਹਾਨੂੰ ਜਿੰਨਾ ਕਹਾਤਿਆ ਤੁਸੀਂ ਸਾਨੂੰ ਮਨਾਈ ਇਹ ਫੇਰ ਮੁੜ ਕੇ ਤੁਰੇ ਫਿਰੋਗੇ ਇਲੈਕਸ਼ਨ ਦੇਰ ਤੇ ਆਈ ਆ ਮੁੜ ਕੇ ਅੱਧਾ ਪਿੰਡ ਝਾੜੂ ਮਾਰਦਾ ਹੁੰਦਾ ਉੱਥੇ ਚਲੋ ਕੋਈ ਗੱਲ ਨਹੀਂ ਸੰਧਾ ਵਾਲਿਆ ਸਭ ਗੱਲ ਕੀ ਹੈ ਉਹ ਕਹਿੰਦੇ ਜੀ ਮੈਂ ਮਿਲੂੰਗਾ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਤਰ ਨੂੰ ਹੂੰ ਉਹਨਾਂ ਨਾਲ ਕਿਸਾਨਾਂ ਦੇ ਮੁੱਦਿਆਂ ਤੇ ਗੱਲ ਕਰੂੰਗਾ ਕਿ ਭਾਈ ਮਸਲਾ ਹੱਲ ਕਰੋ ਉਹਦੇ ਉਤਪਾਦ ਕਿਸਾਨਾਂ ਦੇ ਆਗੂ ਨੂੰ ਮਿਲੂਗਾ ਮੈਂ ਮੀਡੀਏਟਰ ਬਣਨ ਨੂੰ ਤਿਆਰ ਆ ਮੈਂ ਵਿਚਾਲੇ ਆ ਜਾਣਾ ਗੱਲਬਾਤ ਸ਼ੁਰੂ ਹੋਣੀ ਬਹੁਤ ਜ਼ਰੂਰੀ ਹੈ ਜੇ ਗੱਲਬਾਤ ਸ਼ੁਰੂ ਨਹੀਂ ਹੋਊਗੀ ਤਾਂ ਔਖਾ ਹੋ ਜਾਊਗਾ ਬਹੁਤ देर ਹੋਗੀ ਕਿਸਾਨਾਂ ਨੂੰ ਬੈਠਿਆਂ ਨੂੰ ਰੋਹ ਬਹੁਤ ਹੈ ਗੁੱਸਾ ਬਹੁਤ ਹੈ ਤੇ ਇਹ ਸਾਡੇ ਸਾਰਿਆਂ ਦੇ ਲਈ ਠੀਕ ਨਹੀਂ ਉਹਨਾਂ ਦੀ ਗੱਲ ਜਿਹੜੀ ਮੰਨੀ ਜਾਵੇ ਜਦੋਂ ਦਾਦੂਵਾਲ ਸਾਹਿਬ ਨੇ ਕਹਿਤਾ ਨਾਲ ਲੱਗਦਾਈ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰਾਂ ਨੇ ਕਹਿੰਦੇ ਆ ਘੰਟੀਆਂ ਖੜਕਾਉਣੇ ਸ਼ੁਰੂ ਕਰ ਦਿਆਂ ਚੰਗਾ ਕੀਤਾ ਜੀ ਵੇਚ ਆਓ ਕੋਈ ਜਣਾ ਤਾਂ ਵੇਚ ਪਾਓ ਸਾਨੂੰ ਤਾਂ ਹੁਣ ਇਹ ਨਹੀਂ ਸਮਝ ਆਉਂਦੀ ਕਿ ਜਾ ਕੇ ਰੁਕਾ ਕਿੱਦਾਂ ਦਈਏ ਕਿ ਭਾਈ ਫਲਾਨੀ ਤਰੀਕ ਨੂੰ ਫਲਾਨੇ ਥਾਂ ਦੇ ਉੱਤੇ 8:00 ਵਜੇ ਆ ਕੇ ਤੁਸੀਂ ਆਪਦੀਆਂ ਗੱਲਾਂ ਰੱਖੋ ਦੇਖੋ ਇਹ ਹੁਣ ਪਤਾ ਨਹੀਂ ਅੰਦਰ ਖਾਤੇ ਕੀ ਹੈ ਪਰ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਉਹਨੂੰ ਇੱਕ ਰਾਂ ਫੇਰ ਤੋਂ ਆਪਾਂ ਦੁਹਰਾ ਦਿੰਨੇ ਆ ਪਰਿਵਾਰ ਦੇ ਮੈਂਬਰਾਂ ਆਪੇ ਸਮਝਣਾ ਕਿ ਬਲਜੀਤ ਸਿੰਘ ਦਾਦੂਆਲ ਹੋਰੀ ਹਰਿਆਣੇ ਵਿਚਲੀ ਕਮੇਟੀ ਜਿਹੜੀ ਆ ਉਹਦੇ ਪ੍ਰਧਾਨ ਨੇ ਐਂਡ ਜਿਹੜਾ ਕੇਸ ਚੱਲਦਾ ਪਿਆ ਉਹਦੇ ਤੇ ਵੀ ਉਹਨਾਂ ਨੇ ਆਸ ਵਿਅਕਤ ਕੀਤੀ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਕਿ ਸਾਨੂੰ ਪੂਰਨ ਆਸ ਹੈ ਕਿ ਫੈਸਲਾ ਸਾਡੇ ਹੱਕ ਚ ਹੋਏਗਾ ਤੇ ਹਰਿਆਣੇ 'ਚ ਇੱਕ ਵੱਖਰੀ ਕਮੇਟੀ ਬਣੇਗੀ ਇਹ ਲਾਈਨ ਮੈਂ ਕਹਿੰਦਾ ਪਹਿਲਾਂ ਦੱਸ ਦਈਏ ਇਨਵਰਟਿਡ ਕਾਮਿਆਂ ਦੇ ਵਿੱਚ ਹੁਣ ਇਹਦੇ ਆਲੇ-ਦੁਆਲੇ ਉਹ ਖੱਟਰ ਸਾਹਿਬ ਨੂੰ ਮਿਲਣਗੇ ਫਿਰ ਉਹ ਵਿਚੋਲਗੀ ਕਰਨਗੇ ਫਿਰ ਭਾਜਪੀ ਇੱਕ ਪਾਸੇ ਹੋਊਗੀ ਇੱਕ ਪਾਸੇ ਕਿਸਾਨ ਲੀਡਰ ਹੋਣਗੇ ਵਿਚਾਲੇ ਬਲਜੀਤ ਸਿੰਘ ਦਾਦੂ ਵਾਲੂ ਰਹਿਉਣਗੇ ਤੇ ਫਿਰ ਫੈਸਲਾ ਹੋਊਗਾ ਇੱਥੇ ਮੈਂ ਇੱਕ ਚੀਜ਼ ਹੋਰ ਯਾਦ ਕਰਾ ਦਿਆਂ ਇੱਕ ਨਾਨਕ ਸਰ ਸੰਪਰਦਾਇ ਵਾਲੇ ਵੀ ਸੰਤ ਆਏ ਸੀ ਉਦੋਂ ਜਿਉਂ ਮੇਚ ਉਹਨਾਂ ਨੇ ਕਿੰਨਾ ਕੁ ਫੈਸਲਾ ਕਰਾਤਾ ਸੀ ਤੇ ਉਦੋਂ ਕਿਸਾਨਾਂ ਨੇ ਕੀ ਕਿਹਾ ਸੀ ਪਤਾ ਨਹੀਂ ਕਿ ਨਹੀਂ ਕਿਸੇ ਨੂੰ ਯਾਦ ਤੇ ਹੋ ਸਕਦਾ ਦਾਦੂ ਵਾਲ ਸਾਹਿਬ ਦੇ ਨਾਲ ਜਿਹੜੇ ਬੰਦੇ ਉਹਨੂੰ ਉਦੋਂ ਦੀ ਕੋਈ ਕਟਿੰਗ-ਕੂਟਿੰਗ ਹੀ ਕੱਢ ਕੇ ਦੇ ਦੇਣ ਵੀ ਮਾਰਾ ਹੀ ਉਦੋਂ ਏਦਾਂ ਹੋਈ ਸੀ ਦੇਖੋ ਸੰਧਾਲੀਆ ਸਾਹਿਬ ਇਹ ਦਾਦੂ ਵਾਲ ਹੋਰਾਂ ਦਾ ਆਪਣਾ ਮਸਲਾ ਕਿਉਂਕਿ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਆ ਬਹੁਤੇ ਕੰਮ ਸਿਰੇ ਤਾਂ ਨਹੀਂ ਲੱਗੇ ਜੇ ਚੱਬਾ ਪਿੰਡ ਦੇ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਸੀ ਤੇ ਉਹਦੇ ਤੋਂ ਬਾਅਦ ਸਰਗਰਮੀ ਕਿੰਨੀ ਕੁ ਹੋਈ ਜੇ ਉਹਦੇ ਤੋਂ ਬਾਅਦ ਬਰਗਾੜੀ 'ਚ ਮੋਰਚਾ ਲੱਗਾ ਸੀ ਭਾਵੇਂ ਰੂਲ ਨੰਬਰ 2 ਸੀ ਭਾਵੇਂ 3 ਸੀ ਮ ਕਿ ਜੇਸ ਤਰੀਕੇ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਾਹਿਬ ਨੇ ਆਖਿਆ ਸੀ ਨਾ ਕਿ ਭਾਈ ਇਹਨਾਂ ਮੁੱਦਿਆਂ ਤੋਂ ਬਿਨਾਂ ਕਿਸਾਨ ਜਿੱਥੇ ਮਰਜ਼ੀ ਗੱਲ ਕਰ ਲੈਣ ਜਾਂ ਇਹ ਕਿਹਾ ਸੀ ਕਿ ਸਾਨੂੰ ਦੱਸਣ ਕਿ ਭਾਈ ਕਿੱਥੇ ਕਮੀ ਹੈ ਕਿੱਥੇ ਸੋਧ ਦੀ ਲੋੜ ਹੈ ਕੰਜੈਸ਼ਤਾ ਦੱਸਣ ਤੇ ਅੱਜ ਬਲਵੀਰ ਸਿੰਘ ਰਾਜੀਵਲ ਹੋਰਾਂ ਨੇ ਸਿਰਾ ਲਾਤਾ ਉਹ ਕਹਿੰਦੇ 11 ਮੀਟਿੰਗਾਂ ਦੇ ਵਿੱਚ ਅਸੀਂ 11 ਵਾਰੀ ਉਹਨਾਂ ਨੂੰ ਕੱਲੀ-ਕੱਲੀ ਮਾਦਦੇ ਉੱਤੇ ਦੱਸ ਚੁੱਕੇ ਹਾਂ ਕਿ ਇੱਥੇ ਕਮੀ ਹੈ ਇੱਥੇ ਕਮਜ਼ੋਰੀ ਹੈ ਇਸ ਕਰਕੇ ਕਾਨੂੰਨ ਰੱਦ ਕਰੋ ਤੇ ਉਹ ਕਹਿੰਦੇ ਜਦੋਂ ਵੀ ਦੱਸਦੇ ਹੁੰਦੇ ਸੀ ਇਹਨਾਂ ਨੂੰ ਜਵਾਬ ਕੋਈ ਨਹੀਂ ਸੀ ਆਉਂਦਾ ਇਸ ਕਰਕੇ ਹਾਰੀ ਹੋਈ ਲੜਾਈ ਸਰਕਾਰ ਲੜ ਰਹੀ ਹੈ ਲੋਕਾਂ ਦੇ ਵਿੱਚ ਰੋਹ ਵਧ ਰਿਹਾ ਹੁਣ ਤਾਂ ਸੰਧਾਲੀਆ ਸਾਹਿਬ ਜਿਸ ਤਰੀਕੇ ਬੀਬੀ ਮਮਤਾ ਵੈਨਰਜੀ ਨੇ ਕਿਹਾ ਕਿ ਮੈਂ ਬਖ ਬਖ ਮੋੱਖ ਮੰਤਰੀਆਂ ਨੂੰ ਚਿੱਠੀ ਲਿਖੂ ਮੈਂ ਜਾ ਕੇ ਮਿਲੂ ਜੇ ਕਿਤੇ ਸਿਆਸੀ ਤੌਰ ਦੇ ਉੱਤੇ ਵੀ ਲੀਡਰਸ਼ਿਪ ਕਿਸਾਨਾਂ ਦੀ ਪਿੱਠ ਤੇ ਆ ਗਈ ਬਰਾਬਰ ਨਹੀਂ ਬੈਗੀ ਕਹਿੰਨਾ ਸਟੇਜ ਤੇ ਬੈਗੀ ਵੀ ਨਹੀਂ ਕਹਿੰਨਾ ਪਰ ਜੇ ਪੰਜ ਸੱਤ ਸੂਬਿਆਂ ਦੀਆਂ ਸਰਕਾਰਾਂ ਇਕੱਲੇ-ਇਕੱਲੇ ਸਾਰੇ ਕਹਿੰਦੇ ਆ ਕੈਪਟਨ ਸਾਹਿਬ ਵੀ ਕਹਿੰਦੇ ਆ ਉਧੋ ਬਿਠਾ ਕੇ ਵੀ ਕਹਿੰਦੇ ਆ ਗਹਿਲੋਤ ਸਾਹਿਬ ਵੀ ਕਹਿੰਦੇ ਆ ਬੀਬੀ ਮਮਤਾ ਵੀ ਕਹਿੰਦੀ ਹੈ ਉੱਤਰਾਖੰਡ ਵਾਲੇ ਵੀ ਜਿਹੜੇ 36 ਘਟ ਵਾਲੇ ਵੀ ਕਹਿੰਦੇ ਆ ਉਹ ਸਾਰੇ ਬੰਦੇ ਕਹਿੰਦੇ ਆ ਪਰ ਇਕੱਠੇ ਹੋ ਕੇ ਕੋਈ ਨਹੀਂ ਸੀ ਕਹਿੰਦੇ ਪਰ ਜੇ ਬੀਬੀ ਮਮਤਾ ਬੈਨਰਜੀ ਉਹਨਾਂ ਨੂੰ ਇੱਕ ਬੈਨਰ ਤੇ ਲਿਆਈ ਤੇ ਉਹਦੇ ਤੋਂ ਬਾਅਦ ਇਹ ਨਹੀਂ ਚੱਲਣਾ ਕਿ ਭਾਈ ਦੋ ਸੂਬਿਆਂ ਦੇ ਕਿਸਾਨ ਜਾਂ ਢਾਈ ਸੂਬਿਆਂ ਦੇ ਕਿਸਾਨ ਜਾਂ ਥੋੜੇ ਜਿਹਾ ਕਿਸਾਨ ਅੰਦੋਲਨ ਕਰਦੇ ਆ ਨਾਲ ਫਿਰ ਬਰੈਕਟ ਦੇ ਵਿੱਚ ਇਹ ਲਿਖਿਆ ਜਾਊਗਾ ਕਿ 6 ਜਾਂ 7 ਜਾਂ 8 ਸੂਬਿਆਂ ਦੀਆਂ ਸਰਕਾਰਾਂ ਇਸ ਕਿਸਾਨ ਅੰਦੋਲਨ ਦੇ ਹੱਕ 'ਚ ਨਹੀਂ ਤੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਨੇ ਇਹ ਚਲੋ ਇਹ ਹੋ ਜਵੇ ਤਾਂ ਵਧੀਆ ਗੱਲ ਹੈ ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਅਜੇ ਆ 1 ਜੂਨ ਨੂੰ ਬਲਜੀਤ ਸਿੰਘ ਦਾ ਦੋਲੂਰੀ ਉੱਥੇ ਬਰਗਾੜੀ ਸੀਗੇ ਉਹ ਦਿਨ ਐਲਾਨ ਸੀਗਾ ਕਿ 1 ਜੁਲਾਈ ਤੋਂ ਆਪਾਂ ਮੋਰਚਾ ਇੱਧਰ ਗੁਰੂਗ੍ਰਾਂਧ ਸਾਹਿਬ ਵੀ ਬੇਬੀ ਨਾਲ ਸੰਬੰਧ ਜਿਹੜਾ ਲਾਉਣਾ ਹੁਣ 1 ਮਹੀਨੇ ਦੇ ਵਿੱਚ ਇਸ ਮੋਰਚੇ ਦੀ ਤਿਆਰੀ ਕਰਨੀ ਆ ਜਾਂ ਇਸ 1 ਮਹੀਨੇ ਦੇ ਵਿੱਚ ਹਰਿਆਣੇ ਵਾਲੀ ਕਮੇਟੀ ਦੀ ਗੱਲ ਖੱਟਰ ਸਾਹਿਬ ਨਾਲ ਕਰਕੇ ਤੇ ਭਾਜਪੀ ਤੇ ਕਿਸਾਨਾਂ ਦਾ ਮਸਲਾ ਹੱਲ ਕਰਾਉਣਾ ਉਹ ਤਿਆਰੀ ਦੀ ਲੋੜ ਨਹੀਂ ਕਿਉਂਕਿ ਉੱਥੇ ਉਹ ਇਕੱਲੇ ਹੀ ਨੇ ਹਰਿਆਣੇ 'ਚ ਇੱਧਰਲੇ ਪਾਸੇ ਤਾਂ ਸਿਮਰਨਜੀਤ ਸਿੰਘ ਮਾਨਹੋਰੀ ਵੀ ਕਹਿੰਦੇ ਆ ਕਿ ਭਾਈ ਅਸੀਂ ਇੱਥੇ ਤਾਂ ਭਾਈ ਮੰਡੋਂ ਨਾਲੇ ਵੀ ਕਹਿ ਦੇਣਾ ਇੱਥੇ ਤਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇੱਥੇ ਤਾਂ ਪੀੜਿਤ ਪਰਿਵਾਰਾਂ ਦੇ ਮੈਂਬਰ ਵੀ ਨੇ ਇਹ ਮੋਰਚੇ ਦੇ ਵਿੱਚ ਕਿੰਨੇ ਬੰਦੇ ਹੋਣੇ ਆ ਜਿਨ੍ਹਾਂ ਦੇ ਵਿੱਚ ਦਾਦੂ ਵਾਲਾ ਸਾਹਿਬ ਇੱਕ ਹੋਣਗੇ ਉਥੇ ਵੱਖਰੀ ਕਮੇਟੀ ਹੋਣੀ ਹੈ ਕਮੇਟੀ ਦੀ ਪ੍ਰਧਾਨਗੀ ਹੋਣੀ ਹੈ ਪ੍ਰਧਾਨਗੀ ਦੀ ਕੁਰਸੀ ਹੁੰਦੀ ਹੈ ਕੁਰਸੀ ਦੀ ਤਾਕਤ ਹੁੰਦੀ ਹੈ ਤਾਕਤ ਦੇ ਨਾਲ ਬਹੁਤ ਕੁਝ ਹੁੰਦਾ ਹੈ ਇਸ ਕਰਕੇ ਉਹ ਤਾਂ ਜ਼ਰੂਰੀ ਹੈ ਨਾ ਕੇਸ ਤਾਂ ਕਿਸੇ ਨਾ ਕਿਸੇ ਪਾਸੇ ਲੱਗਣਾ ਹੈ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਰਨਾ ਸਾਹਿਬ ਸਿਰਸਾ ਸਾਹਿਬ ਕਾਲਕਾ ਸਾਹਿਬ ਜੀਕੇ ਸਾਹਿਬ ਕਿੰਨੇ ਸਾਹਿਬ ਨੇ ਜਿਨ੍ਹਾਂ ਨੇ ਪਿਛਲੇ 4 ਮਹੀਨਿਆਂ ਤੋਂ ਕੈਂਪੇਨ ਚਲਾਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਮਿਲੇ ਅਸੀਂ ਗੁਰੂ ਘਰਾਂ ਦੀ ਸੇਵਾ ਕਰਨੀ ਹੈ ਸੇਵਾ ਸੰਭਾਲ ਕਰਨੀ ਹੈ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਉਹ ਵੱਖਰੀ ਗੱਲ ਹੈ ਕਿ ਲੋਕਾਂ ਨੂੰ ਸਿੱਖੀ ਤੇ ਪ੍ਰਚਾਰ ਤੇ ਪ੍ਰਸਾਰ ਦੇ ਪੋਸਟਰ ਘੱਟ ਦੀਦੇ ਆ ਇੱਕ ਦੂਸਰੇ ਦੇ ਉੱਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੇ ਹੋਈਆਂ ਐਫਆਈਆਰ ਜਿਹੜੀਆਂ ਨੇ ਉਹ ਵੱਧ ਦੀਦੀਆਂ ਨੇ ਹੋ ਸਕਦਾ ਹਰਿਆਣੀ ਚ ਕੰਮ ਜੇ ਨਾ ਹੁੰਦਾ ਉਹ ਵੀ ਸ਼ੁਰੂ ਹੋ ਜੂਗਾ ਨਹੀਂ ਕੋਈ ਗੱਲ ਨਹੀਂ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਵੀ ਕਿਸਾਨਾਂ ਦਾ ਫੈਸਲਾ ਹੁੰਦਾ ਜਾਂ ਫਿਰ ਕਮੇਟੀ ਦਾ ਫੈਸਲਾ ਹੁੰਦਾ ਇੱਕ ਤਾਂ ਹੋਊਗਾ ਇੱਕ ਤੋਂ ਦੋਆਂ ਚ ਕੁਝ ਨਾ ਕੁਝ ਹੋਊਗਾ ਪਰ ਇੱਕ ਗੱਲ ਪੱਕੀ ਹੈ ਹੋ ਸਕਦਾ ਕਿ ਦੇ ਗੱਲ ਹੀ ਇਦਾਂ ਹੋਈ ਹੋਵੇ ਵੀ ਜੇ ਫੈਸਲਾ ਨਹੀਂ ਹੁੰਦਾ ਫੇ ਕਮੇਟੀ ਵੀ ਭੁੱਲ ਜਿਓ ਆਹੋ ਨਹੀਂ ਆ ਜੋ ਵਿਚ ਆਓ ਭਾਈ ਇਦਾਂ ਕਰਾਉਣਾ ਪਊਗਾ ਗੱਲ ਕਿਹੜੀ ਆ ਥੋੜੇ ਬੰਦੇ ਨੇ ਆਪਣੇ ਅੱਛਾ ਇੱਕ ਚੀਜ਼ ਸਿਮਰਜੀਤ ਬੈਂਸਰਾਂ ਦੀ ਵੀ ਗੱਲ ਕਰ ਲਈਏ ਅਜੇ ਪਹਿਲਾ ਮੇਰੇ ਖਿਆਲ ਮਾਮਲਾ ਠੰਡਾ ਪਿਆ ਨਹੀਂ ਸੀ ਉਹਨੇ ਕੋ ਹੋਰ ਬੀਬੀ ਸਾਹਮਣੇ ਆ ਗਈ ਉਹ ਕਹਿੰਦੇ ਵੀ ਇਹ ਤਾਂ ਬੈਂਸ ਸਾਹਿਬ ਇਦਾਂ ਦੇ ਆ ਨਾਲ ਉਹਨੇ ਉਹ ਸਾਭਾ ਨੂੰ ਵੱਡਿਆਂ ਨੂੰ ਸਾਰੀ WhatsApp ਦੀ ਚੈਟ ਵੀ ਦੇ ਦਿੱਤੀ ਜੀ ਆ ਦੇਖੋ ਜੀ ਇਹ ਨੇ ਆ ਕੁਛ ਕੀਤਾ ਜੀ ਮੇਰੇ ਨਾਲ ਉਧਰੋਂ ਬੈਂਸ ਸਾਹਿਬ ਆਖੀ ਜਾਂਦੇ ਵੀ ਕੜਵਲ ਰੂਹੀ ਮੇਰੇ ਪੁਰਾਣੇ ਸਾਥੀ ਜੀ ਇਹ ਹੁਣ ਟੁੱਟ ਕੇ ਚਲ ਗਏ ਹੁਣ ਜਾਣਬੁੱਝ ਕੇ ਤੇ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਇਹ ਨਹੀਂ ਸਮਝ ਲੱਗੀ ਵੀ ਇੱਕੋ ਤਰ੍ਹਾਂ ਦੇ ਹਮਲੇ ਵਾਰ-ਵਾਰ ਬੈਂਸ ਹਰਾਂ ਦੇ ਕਿਉਂ ਦੇਖੋ ਸੰਧਾਲੀਆ ਸਭ ਇੱਕ ਗੱਲ ਤਾਂ ਪੱਕੀ ਆ ਕਿ ਸਿਮਰਜੀਤ ਸਿੰਘ ਬੈਂਸ ਹੁਰੀ ਜੜੇ ਆ ਉਹਨਾਂ ਦੇ ਉੱਤੇ ਦੋਸ਼ ਜਿੰਨੇ ਵੀ ਲੱਗੇ ਆ ਪ੍ਰਾਣੀਆਂ ਤਰੀਕਾਂ ਦੇ ਲੱਗੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਪਾਈ ਉਹ ਬੀਬੀਆਂ ਝੂਠ ਬੋਲਦੀਆਂ ਬਿਲਕੁਲ ਨਹੀਂ ਕਹਿੰਦੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਿਮਰ ਜੀ ਇਸ ਮੈਂ ਸੋਰੀ ਦੁੱਧ ਥੋਤੇ ਆ ਬਹੁਤ ਕੁਝ ਹੋਈਗਾ ਕੋਈ ਵੀ ਬੰਦਾ ਮਾੜਾ ਹੋ ਸਕਦਾ ਜਾਂਚ ਹੋਵੇ ਰੱਪਟ ਦਰਜ ਹੋਵੇ ਪੜਤਾਲ ਹੋਵੇ ਜਿਹੜਾ ਬੰਦਾ ਗਲਤ ਹੈ ਠੋਕ ਕੇ ਸਜ਼ਾ ਹੋਵੇ ਜੇ ਕਿਸੇ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਜਿਹਦਾ ਪ੍ਰਭਾਵ ਵਰਤ ਕੇ ਕਿਸੇ ਦਾ ਵੀ ਸ਼ੋਸ਼ਣ ਕੀਤਾ ਪਰ ਹੁਣ ਰੌਲਾ ਕੀ ਹੈ ਉਹ ਬੀਬੀ ਨੇ ਕੀ ਕਿਹਾ ਕਿ ਪਾਈ ਇਹਨਾਂ ਦਾ ਇੱਕ ਦਫ਼ਤਰ ਹੈ ਉੱਥੇ ਵੀ ਸ਼ਰੀਰਕ ਸ਼ੋਸ਼ਣ ਕੀਤਾ ਇੱਕ ਫਾਰਮ ਹਾਊਸ ਦਾ ਜ਼ਿਕਰ ਕੀਤਾ ਕਿ ਉੱਥੇ ਵੀ ਸ਼ਰੀਰਕ ਸ਼ੋਸ਼ਣ ਕੀਤਾ ਹੈ ਬੀਬੀ ਅਧਿਆਪਕਾ ਹੈ ਵਟਸਐਪ ਦੀ ਚੈਟ ਦਿੱਤੀ ਪਹਿਲੀ ਬੀਬੀ ਦੀ ਵੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਸੀ ਪਰ ਉਹ ਕਿਸੇ ਹੋਰ ਦੇ ਨਾਲ ਬੀਬੀ ਜੀ ਸ਼ਾਇਦ ਗੱਲਾਂ ਕਰਦੇ ਸੀ ਹੁਣ ਇੱਥੇ ਵਟਸਐਪ ਚੈਟ ਦੇ ਵਿੱਚੋਂ ਕੀ ਨਿਕਲਦਾ ਹੈ ਸਿਮਰਜੀਤ ਬੈਂਸ ਨੂੰ ਪੁੱਛਣਾ ਹੀ ਸੀ ਐਮਐਲਏ ਨੇ ਭਾਈ ਉਹ ਕਹਿੰਦੇ ਆ ਕਿ ਮੈਨੂੰ ਸਿਆਸੀ ਤੌਰ ਤੇ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਮੇਰੀ ਕੁਰਸੀ ਹਿੱਲ ਇਹ ਕਲਪਕੀ ਹੈ ਕੁਰਸੀ ਨਹੀਂ ਉਹਨਾਂ ਦੀ ਹਿੱਲਦੀ ਸੀ ਐਤਕੀ ਹੱਲੇ ਜਬੇ ਪਤਾ ਨਹੀਂ ਦੋਨੋਂ ਭਰਾ ਖੜੇ ਹੋ ਜਾਂਦੇ ਪਾਰਟੀਆਂ ਨੂੰ ਖੜੇ ਹੋ ਜਾਂਣ ਕੱਲੇ ਖੜੇ ਹੋ ਜਾਂਣ ਜਿੱਤ ਜਾਂਦੇ ਆ ਕਮਲਜੀਤ ਸਿੰਘ ਕੜਵਲ ਦੇ ਉੱਤੇ ਉਹਨਾਂ ਨੇ ਦੋਸ਼ ਲਾਇਆ ਕਿ ਕਮਲਜੀਤ ਸਿੰਘ ਕੜਵਲ ਦਾ ਕੀਤਾ ਕਰਾਇਆ ਹੁਣ ਕੜਵਲ ਸਾਹਿਬ ਕੌਣ ਨੇ ਜਦੋਂ ਸਿਮਰਜੀਤ ਸਿੰਘ ਬੈਂਸੂਰੀ ਅਕਾਲੀ ਦਲ ਚ ਹੁੰਦੇ ਸੀ ਤੇ ਯੂਥ ਵਿੰਗ ਚ ਹੁੰਦੇ ਸੀ ਅਜੇ ਹੂੰ ਹੂੰ ਉਦੋਂ ਕਮਲਜੀਤ ਸਿੰਘ ਕੜਵਲ ਬਿਲਕੁਲ ਇਹਨਾਂ ਦੇ ਨੇੜੇ ਤੇੜੇ ਹੁੰਦੇ ਸੀ ਜੇ ਕਿਸੇ ਨੂੰ ਚੇਤਾ ਆ ਕਿ 10-15 ਸਾਲ ਪਹਿਲਾਂ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਦੋਂ ਝੰਡੀਆਂ ਦੇ ਉੱਤੇ ਨਾਂ ਫੋਟੋਆਂ ਲੱਗਦੀਆਂ ਸੀ ਛੋਟੀਆਂ ਝੰਡੀਆਂ ਇਹਦਾ ਲੜੀਆਂ ਜਿੱਦਾਂ ਲਾਈਆਂ ਹ ਇੱਕ ਬੈਂਸ ਸਾਹਿਬ ਦੀ ਕੜਵਲ ਸਾਹਿਬ ਦੀ ਤੀਸਰੇ ਕਿਸੇ ਹੋਰ ਸਾਹਿਬ ਦੀ ਜਾਨੀ ਇਹਨਾਂ ਬਰਾਬਰ ਹੁੰਦੇ ਸੀ ਬੈਂਸ ਸਾਹਿਬ ਵੀ ਕੌਂਸਲਰ ਹੁੰਦੇ ਸੀ ਕੜਵਲ ਸਾਹਿਬ ਵੀ ਕੌਂਸਲਰ ਹੁੰਦੇ ਬਰਾਬਰ ਦੇ ਅਹੁਦੇ ਹੁੰਦੇ ਸੀ ਪਰ ਹੌਲੀ ਹੌਲੀ ਬੈਂਸ ਸਾਹਿਬ ਐਮਐਲਏ ਬਣ ਗਏ ਅਗਲਿਆਂ ਨੇ ਫਿਰ ਕੜਵਲ ਸਾਹਿਬ ਪਾਟ ਲੈ ਕਿ ਭਾਈ ਆ ਜਾਓ ਤੇ ਐਤਕੀ ਤਾਂ ਸਿਮਰਜੀਤ ਸਿੰਘ ਬੈਂਸ ਦੇ ਮੁਕਾਬਲੇ ਕੜਵਲ ਨੂੰ ਇਲੈਕਸ਼ਨ ਵੀ ਲੜਾਈ ਗਈ ਸੀ ਪਰ ਉਹ ਹਾਰ ਗਿਆ ਹੁਣ ਉਹਨਾਂ ਨੇ ਸਾਰਾ ਹੀ ਦੋਸ਼ ਲਾ ਦਿੱਤਾ ਕਹਿੰਦੇ ਗੱਲ ਕੋਈ ਨਹੀਂ ਮੈਂ ਬੰਦਾ ਗਲਤ ਨਹੀਂ ਹੈਗਾ ਇਹ ਤਾਂ ਕਮਲਜੀਤ ਸਿੰਘ ਕੜਵਲ ਹੋਰੀ ਆਉਂਦੀਆਂ ਇਲੈਕਸ਼ਨ ਦੇ ਵਿੱਚ ਮੈਨੂੰ ਕਮਜ਼ੋਰ ਕਰਕੇ ਆਪ ਮਜ਼ਬੂਤ ਹੋਣ ਦੀ ਕੋਸ਼ਿਸ਼ ਦੇ ਵਿੱਚ ਸਾਜ਼ਿਸ਼ਾਂ ਰਚ ਰਹੇ ਆ ਪਰ ਮੈਂ ਸੰਧਾਲੀਆ ਸਭ ਫੇਰ ਕਿੰਨਾ ਇਹ ਕੋ ਪਹਿਲਾ ਮਾਮਲਾ ਨਹੀਂ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਤੇ ਦੋਸ਼ ਲੱਗਦੇ ਰਹੇ ਆ ਕਈ ਬੇਗੁਨਾ ਸਾਬਤ ਹੁੰਦੇ ਰਹੇ ਕਈਆਂ ਦੇ ਗੁਨਾਹ ਸਾਬਤ ਵੀ ਹੁੰਦੇ ਰਹੇ ਆ ਇੱਥੇ ਜਾਂਚ ਪੜਤਾਲ ਹੋਵੇ ਉਹ ਬੀਬੀਆਂ ਕਿਤੇ ਥਾਣੇ ਮੋਰੇ ਧਰਨੇ ਲਾਉਣ ਯੋਗੀਆਂ ਨਾ ਰਹਿ ਜਾਣ ਹੂੰ ਅੱਛਾ ਇੱਕ ਗੱਲ ਆ ਤੁਸੀਂ ਹੁਣੇ ਕਿਹਾ ਵੀ ਸਿਮਰਿਤ ਬੈਂਸ ਪਤਾ ਨਹੀਂ ਕਿਵੇਂ ਦਾ ਬੰਦਾ ਮੈਂ ਕਹਾਂ ਜੀ ਕਿਸ ਨੂੰ ਨਹੀਂ ਪਤਾ ਤੇ ਉਹ ਗੋਸ਼ੀਰਾਂ ਨੂੰ ਪੁੱਛ ਲਓ ਥੋੜੇ ਦਿਨ ਹੀ ਹੋਇਆ ਜੀ ਉਹ ਦੱਸਣਗੇ ਵੀ ਕਿਵੇਂ ਦਾ ਬੰਦਾ ਨਹੀਂ ਇਹ ਗੱਲ ਤਾਂ ਤੁਹਾਡੀ ਠੀਕ ਹੈ ਕਿਸੇ ਵੇਲੇ ਹੁੰਦਾ ਸ਼ਹਿਰ ਚੋਂ ਬੰਦਾ ਦੱਸ ਦਿੰਦਾ ਨਹੀਂ ਗੋਸ਼ਾ ਗੋਸ਼ਾ ਸਾਹਿਬ ਨਾਲ ਤਾਂ ਜੇ ਥੋੜੀ ਇੱਕਾਰੀ ਉਹ ਪਹਿਲੀ ਵੀ ਇੱਕ ਘਟਨਾ ਘਟੀ ਸੀ ਨਾ ਜਿਸ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਮੈਂ ਤਾਂ ਪਾਈ ਭਰੀ ਹੋ ਗਿਆ ਹੂੰ ਘਟਨਾਵਾਂ ਤਾਂ ਕਈ ਨੇ ਆਹੋ ਜੀ ਇਹ ਤਾਂ ਚਲੋ ਸਮਾ ਕੁਲ ਮਿਲਾ ਕੇ ਇੰਨਾ ਵੀ ਸਿਆਸਤ ਆ ਹੂੰ ਭੀ ਸਿਆਸਤ ਦੇ ਵਿੱਚ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣੀਆਂ ਤਿਵੇਂ ਤਿਵੇਂ ਆਪਾਂ ਕਈਆਂ ਨੂੰ ਕਈਆਂ ਰੂਪਾਂ ਦੇ ਵਿੱਚ ਵੇਖਣਾ ਹੁਣ ਆਪਾਂ ਨੂੰ ਰੂਪ ਬਦਲ ਲੀਏ ਚਲਿਏ ਨਹੀਂ ਜਾਣੇ ਪੈਣਾ ਰੂਪ ਬਦਲਦੀ ਮਾਰੇ ਕਿਹੜੀ ਗੱਲ ਹੈ ਹੌਲੇ ਹੌਲੇ ਬਦਲ ਰਹੇ ਹਾਂ ਤੇ ਕੋਈ ਗੱਲ ਨਹੀਂ ਸੰਧਾਲੀਆ ਸਾਹਿਬ ਗੱਲ ਪਤਾ ਕੀ ਹੈ ਰੌਲਾ ਇਸ ਗੱਲ ਦਾ ਕਿ ਚੜ੍ਹਦੀ ਕਲਾ ਚ ਰਹਿਣਾ ਜਿਹੜਾ ਬਹੁਤ ਜ਼ਰੂਰੀ ਹੈ ਪਰ ਨਾਲ ਦੀ ਨਾਲ ਇੰਨੀ ਗੱਲ ਜ਼ਰੂਰ ਹੈ ਕਿ ਇੱਕ ਤਾਂ ਅਨਿਲ ਜੋਸ਼ੀ ਸਾਹਿਬ ਦੇ ਨਾਲ ਜਿਹੜੀ ਥੋੜੀ ਮੁਲਾਕਾਤ ਹੋਈ ਹੈ ਉਹਦੇ ਵਿੱਚੋਂ ਬਹੁਤ ਕੁਝ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਤਾਣਾ ਬਾਣਾ ਉਹ ਨਿਕਲਦਾ ਉਹ ਜ਼ਰੂਰ ਦੇਖ ਲੈਣੀ ਹੈ ਤੇ ਇੱਕ YouTube ਦੇ ਉੱਤੇ ਆਪਣਾ ਪ੍ਰੋਗਰਾਮ ਹੈ ਕਿ ਭਾਈ ਕੈਨੇਡਾ ਦੇ ਵਿਧਾਇਕਾਂ ਨੂੰ ਨਾ ਘਰ ਮਿਲਦਾ ਨਾ ਸੁਰੱਖਿਆ ਕਰਮੀ ਮਿਲਦੇ ਆ ਨਾ ਕਾਰ ਮਿਲਦੀ ਆ ਤੇ ਨਾ ਲਾਲ ਬੱਤੀ ਪਰ ਪੰਜਾਬ ਦੇ ਭਾਰਤ ਦੇ ਵਿਧਾਇਕਾਂ ਨੂੰ ਬਹੁਤ ਕੁਝ ਮਿਲਦਾ ਉਹ ਵੀ ਪ੍ਰੋਗਰਾਮ ਜਿਹੜਾ ਜੇ ਦੇਖ ਲਓ ਤੇ ਆਉਣ ਵਾਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਚੰਗਾ ਰਹਿੂਗਾ ਬਿਲਕੁਲ ਸਹੀ ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਜੀ ਤੇ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ ਇੱਕ ਉਹ ਲਾਈਕ ਵਾਲਾ ਅੰਗੂਠਾ ਜਿਹੜਾ ਹੈ ਜਰੂਰ ਦਬਾ ਦਿਓ ਕਰੋ ਬਹੁਤ ਧੰਨਵਾਦ ਤੁਹਾਡਾ ਦੇਸ਼ ਤੇ ਰਾਣਾ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ